ਟੋਟਲ 50 ਪਿੰਡ ਸੀ ਜੀ ਜੋ ਇੱਥੇ ਇਹਨਾਂ ਦੇ ਪ੍ਰੋਜੈਕਟ ਸੀ ਇਹ ਚੰਡੀਗੜ੍ਹ ਬਣਾਉਣ ਦਾ ਪਲਾਨ ਉਲੀਕਿਆ ਗਿਆ ਸੀ ਉਹਨਾਂ ਦੇ ਵਿੱਚ 28 ਪਿੰਡ ਉਜਾੜੇ ਗਏ ਨੇ 22 ਇਸ ਟਾਈਮ ਵਸਦੇ ਨੇ ਕੋਈ ਖੁਸ਼ੀ ਤੇ ਤਾਂ ਉਜੜਦਾ ਨਹੀਂ ਉਹਨਾਂ ਨੂੰ ਉਹ ਜਾਣਾ ਨਹੀਂ ਸੀ ਚਾਹੁੰਦੇ ਇੱਥੇ ਉਹ ਲੋਕ ਸੀ ਜਿਹੜੇ ਇੱਥੇ ਰਹਿੰਦੇ ਸੀ ਪਿੰਡਾਂ ਦੇ ਵਿੱਚ ਉਹਨਾਂ ਨੂੰ ਧੱਕੇ ਨਾਲ ਉਠਾਇਆ ਗਿਆ ਉਸ ਟਾਈਮ ਕਾਫੀ ਸੰਘਰਸ਼ ਵੀ ਹੋਇਆ ਉਹਨਾਂ ਨੇ ਮੁਹਿੰਮਾਂ ਵੀ ਚਲਾਈਆਂ 21 ਸੈਕਟਰ 17 ਸੈਕਟਰ ਜਿਹੜਾ ਚੌਂਕ ਦੇ ਪਿੰਡ ਹੁੰਦਾ ਸੀ ਰੁੜਕੀ ਉੱਥੇ ਪਹਿਲੀ ਵਾਰ ਇਹਨਾਂ ਨੇ ਇਕੱਠ ਕੀਤਾ ਪਿੰਡਾਂ ਵਾਲਿਆਂ ਨੇ ਬਹੁਤ ਵੱਡਾ ਤੇ ਉੱਥੇ ਰਾਜਧਾਨੀ ਰੁੱਖ ਅੰਦੋਲਨ ਇਹਨਾਂ ਨੇ ਸ਼ੁਰੂ ਕੀਤਾ ਗ੍ਰਿਫਤਾਰੀਆਂ ਵੀ ਹੋਈਆਂ ਲੋਕਾਂ ਦੀਆਂ ਫਿਰੋਜ਼ਪੁਰ ਵੀ ਜੇਲ੍ਹ ਚਲੇ ਗਏ ਵਾਲੇ ਜੇਲ੍ਹਾਂ 'ਚ ਬੰਦ ਕਰਤੇ ਬੰਦੇ ਇਹਨਾਂ ਨੇ ਹੁਣ ਵੀ ਉੱਥੇ ਚਲੀ ਜਾ ਰਹੀ ਹੈਗੀ ਉਹਨਾਂ ਦੀ ਹੁਣ ਵੀ ਲੜਾਈ ਜਾ ਰਹੀ ਹੈਗੀ ਵੀ ਸਾਡੀ ਜੋ ਪੰਜਾਬੀ ਭਾਸ਼ਾ ਸੀ ਸਾਡੀ ਉਹਨੂੰ ਇੱਥੇ ਲਾਗੂ ਕਰੋ ਇਹ ਵੀ ਉਹਨਾਂ ਦੀ ਮੰਗ ਹੈਗੀ ਦੋਸਤੋ ਜਦ ਵੀ ਚੰਡੀਗੜ੍ਹ ਦੀ ਗੱਲ ਚੱਲਦੀ ਹੈ ਤਾਂ ਸੈਕਟਰ 17 ਪੰਜਾਬ ਯੂਨੀਵਰਸਿਟੀ ਸੁਖਨਾ ਝੀਲ ਅਲਾਂਟੇ ਮਾਲ ਇਹ ਵੱਡੀਆਂ ਵੱਡੀਆਂ ਸੋਹਣੀਆਂ ਸੋਹਣੀਆਂ ਇਮਾਰਤਾਂ ਦੀ ਥਾਵਾਂ ਦੀ ਗੱਲ ਹੁੰਦੀ ਹੈ ਪਰ ਚੰਡੀਗੜ੍ਹ ਦਾ ਇੱਕ ਅਜਿਹਾ ਇਤਿਹਾਸ ਹੈ ਜਿਹਦੇ ਬਾਰੇ ਚੰਡੀਗੜ੍ਹ ਤੋਂ ਬਾਹਰ ਤਾਂ ਕੀ ਚੰਡੀਗੜ੍ਹ ਦੇ ਖੁਦ ਵੱਡੀ ਗਿਣਤੀ ਲੋਕ ਨਹੀਂ ਜਾਣਦੇ ਹਰ ਸਾਲ ਪੰਜਾਬ ਹਰਿਆਣਾ ਹੋਰ ਥਾਵਾਂ ਤੋਂ ਇੱਥੇ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਵਿਦਿਆਰਥੀ ਨੌਜਵਾਨ ਪੜ੍ਹਨ ਆਉਂਦੇ ਨੇ ਇੱਥੇ 2-4 ਸਾਲ ਕੁਛ ਮਹੀਨੇ ਲਾ ਕੇ ਟੈਸਟਾਂ ਦੀ ਤਿਆਰੀ ਕਰਕੇ ਜਾਂ ਪੜ੍ਹਾਈ ਪੂਰੀ ਕਰਕੇ ਚਲੇ ਜਾਂਦੇ ਆ ਪਰ ਚੰਡੀਗੜ੍ਹ ਦੇ ਇਸ ਇਤਿਹਾਸ ਤੋਂ ਕੋਈ ਵੀ ਵਾਕਫ ਨਹੀਂ ਹੈ ਅੱਜ ਸਾਡੀ ਇਹੀ ਕੋਸ਼ਿਸ਼ ਕਿ ਚੰਡੀਗੜ੍ਹ ਦਾ ਉਹ ਜਿਹੜਾ ਦੱਬਿਆ ਹੋਇਆ ਇਤਿਹਾਸ ਹੈ ਉਹ ਤੁਹਾਡੇ ਸਾਹਮਣੇ ਪੇਸ਼ ਕਰੀਏ ਕਿ ਉਹ ਜਿਹੜੇ ਪਿੰਡ ਜਿਨ੍ਹਾਂ ਦੇ ਬੁਨਿਆਦ ਦੇ ਉੱਤੇ ਚੰਡੀਗੜ੍ਹ ਸ਼ਹਿਰ ਉਸਾਰਿਆ ਗਿਆ ਪੰਜਾਬ ਦੀ ਇਹ ਰਾਜਧਾਨੀ ਬਣਾਈ ਗਈ ਉਹਨਾਂ ਪਿੰਡਾਂ ਦਾ ਇਤਿਹਾਸ ਕੀ ਸੀ ਅੱਜ ਉਹਦੇ ਬਾਰੇ ਤੁਹਾਨੂੰ ਦੱਸਿਆ ਜਾਵੇ ਇਹ ਜਾਣਕਾਰੀ ਸ਼ਾਇਦ ਬਹੁਤ ਸਾਰੇ ਦੋਸਤਾਂ ਮਿੱਤਰਾਂ ਨੂੰ ਨਾ ਪਤਾ ਹੋਵੇ ਇਸ ਕਰਕੇ ਸਾਡੀ ਇਹ ਛੋਟਾ ਜਿਹਾ ਉਪਰਾਲਾ ਆ ਔਰ ਅੱਜ ਅਸੀਂ ਜਿਸ ਸ਼ਖਸੀਅਤ ਨੂੰ ਬੁਲਾਉਣ ਜਾ ਰਹੇ ਹਾਂ ਉਹਨਾਂ ਦਾ ਨਾਮ ਮਲਕੀਤ ਸਿੰਘ ਔਜਲਾ ਜੋ ਕਿ ਇਸ ਪੂਰੇ ਪ੍ਰੋਜੈਕਟ ਦੇ ਉੱਤੇ ਕੰਮ ਕਰ ਰਹੇ ਨੇ ਕਿ ਜਿਹੜਾ ਇਹ ਪੁਰਾਣਾ ਇਤਿਹਾਸ ਹੈ ਚੰਡੀਗੜ੍ਹ ਦਾ ਜੋ ਇੱਥੇ ਪਹਿਲਾਂ ਪਿੰਡ ਵਸੇ ਉਹਨਾਂ ਦੇ ਬਾਰੇ ਜਿਹੜੀ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨਗੇ ਸੋ ਸਭ ਤੋਂ ਪਹਿਲਾਂ ਮਲਕੀਤ ਜੀ ਬਹੁਤ ਬਹੁਤ ਜੀ ਆਇਆਂ ਨੂੰ ਤੁਹਾਨੂੰ ਇਸ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਔਰ ਇਸ ਸਮਾਂ ਦੇਣ ਲਈ ਸਾਡੇ ਪ੍ਰੋਗਰਾਮ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਾਨਵ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢ ਕੇ ਮੇਰੇ ਕੋਲ ਆਏ ਅਤੇ ਜੋ ਤੁਸੀਂ ਚੰਡੀਗੜ੍ਹ ਬਾਰੇ ਪੁੱਛਣਾ ਚਾਹੁੰਦੇ ਹੋ ਮੇਰੇ ਤੋਂ ਪੁੱਛ ਸਕਦੇ ਹੋ ਜੀ ਮਲਕੀਤ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਇੱਥੋਂ ਹੀ ਸ਼ੁਰੂ ਕਰਨਾ ਚਾਹੁੰਦੇ ਹਾਂ ਕਿ ਸਾਡੇ ਪਾਠਕਾਂ ਨੂੰ ਦੱਸੋ ਕਿ ਤੁਹਾਡਾ ਪਿਛੋਕੜ ਕੀ ਹੈ ਅਤੇ ਇਸ ਵਿਸ਼ੇ ਦੇ ਵੱਲ ਦਿਲਚਸਪੀ ਤੁਹਾਡੀ ਕਿਵੇਂ ਬਣੀ ਕਿ ਚੰਡੀਗੜ੍ਹ ਦਾ ਜਿਹੜਾ ਪੁਰਾਣਾ ਇਤਿਹਾਸ ਹੈ ਉਹਨੂੰ ਖਰੋਲਿਆ ਜਾਵੇ ਲੋਕਾਂ ਦੇ ਸਾਹਮਣੇ ਰੱਖਿਆ ਜਾਵੇ ਇਹਦੇ ਬਾਰੇ ਤੁਹਾਡਾ ਜਿਹੜਾ ਜੁੜਾ ਆ ਉਹ ਕਿਸ ਤਰ੍ਹਾਂ ਹੋਇਆ ਮੇਰਾ ਜੀ ਪਿੰਡ ਮੁੱਲਾਂਪੁਰ ਗਰੀਬਦਾਸ ਹੈ ਇਹ ਚੰਡੀਗੜ੍ਹ ਦੇ ਬਿਲਕੁਲ ਨਾਲ ਲੱਗਦਾ PGI ਤੋਂ 5 ਕਿਲੋਮੀਟਰ ਅੱਗੇ ਮੁੱਲਾਂਪੁਰ ਗਰੀਬਦਾਸ ਕਸਬਾ ਏ ਉੱਥੇ ਮੈਂ ਜੰਮਿਆ ਪੜ੍ਹਾਈ ਕੀਤੀ ਮੈਟ੍ਰਿਕ ਤੱਕ ਉਦੋਂ ਬਾਅਦ ਮੈਂ ਚੰਡੀਗੜ੍ਹ ਹੀ ਪੜ੍ਹਿਆ ਸ਼ੁਰੂ ਤੋਂ ਹੀ ਚੰਡੀਗੜ੍ਹ ਦੇ ਇਹਨਾਂ ਪਿੰਡਾਂ ਬਾਰੇ ਮੇਰਾ ਥੋੜ੍ਹਾ ਲਗਾਓ ਸੀ ਬਜ਼ੁਰਗਾਂ ਕੋਲੋਂ ਮੈਂ ਇਹਨਾਂ ਦੀਆਂ ਗੱਲਾਂ ਸੁਣਦਾ ਰਹਿੰਦਾ ਸੀ ਸਾਡੇ ਪੁਰਖੇ ਸਾਡੇ ਬਜ਼ੁਰਗ ਸਾਨੂੰ ਦੱਸਦੇ ਹੁੰਦੇ ਸੀ ਇੱਥੇ ਪਿੰਡ ਹੁੰਦਾ ਸੀ ਇਹ ਪਿੰਡ ਹੁੰਦਾ ਸੀ ਅਤੇ ਮੈਂ ਕਾਫੀ ਫਿਰ ਜਾਣਕਾਰੀ ਇਕੱਠੀ ਕੀਤੀ ਇਹਨਾਂ ਪਿੰਡਾਂ ਬਾਰੇ ਇਹਨਾਂ ਦੇ ਨਿਸ਼ਾਨੀਆਂ ਜੋ ਬਜ਼ੁਰਗਾਂ ਨੇ ਦੱਸੀਆਂ ਮੈਨੂੰ ਉਹ ਜਾ ਕੇ ਮੈਂ ਉਹਨਾਂ ਨੂੰ ਦੇਖਿਆ ਵਾਚਿਆ ਅਤੇ ਕਲਪਨਾ ਕੀਤੀ ਕਿ ਇੱਥੇ ਪਿੰਡ ਹੁੰਦਾ ਸੀ ਕਿਹੋ ਜਿਹਾ ਪਿੰਡ ਸੀ ਉਹ ਸੋ ਮੇਰਾ 2008 ਦੇ ਵਿੱਚ 19 ਜਨਵਰੀ 2008 ਨੂੰ ਮੇਰਾ ਇੱਕ ਲੇਖ ਛਪਿਆ ਸੀ ਅਖਬਾਰ ਦੇ ਵਿੱਚ ਚੰਡੀਗੜ੍ਹ ਦੇ ਇਤਿਹਾਸਕ ਝਰੋਖੇ 'ਤੇ ਇੱਕ ਝਾਤ ਇਹ ਮੈਂ ਕਾਫੀ ਖੋਜ ਕਰਕੇ ਇਹ ਲੇਖ ਲਿਖਿਆ ਸੀ ਅਤੇ ਪਾਠਕਾਂ ਦਾ ਬਹੁਤ ਜ਼ਿਆਦਾ
ਮੈਨੂੰ ਉਸ ਟਾਈਮ ਚੰਗਾ ਹੁੰਗਾਰਾ ਮਿਲਿਆ, ਬਹੁਤ ਚੰਗਾ ਰਿਸਪੋਂਸ ਮਿਲਿਆ, ਉਤਸ਼ਾਹ ਦਿੱਤਾ ਮੈਨੂੰ ਅੱਗੇ ਵਧਣ ਦੇ ਬਾਰੇ। ਉਸ ਟਾਈਮ ਤੋਂ ਮੇਰੀ ਇਹ ਨਿਰੰਤਰ ਖੋਜ ਮੇਰੀ ਜਾਰੀ ਹੈ ਇਹਨਾਂ ਪਿੰਡਾਂ ਬਾਰੇ ਲੋਕਾਂ ਨੇ। ਹੁਣ ਤਾਂ ਲੋਕ ਆਪ ਦੱਸਦੇ ਨੇ ਫੋਨ ਕਰ ਕਰਕੇ ਕਿ ਸਾਡਾ ਇਹ ਪਿੰਡ ਸੀ, ਸਾਡੀ ਇਹ ਜਾਣਕਾਰੀ ਸੀ, ਇੱਥੇ ਆਹ ਹੁੰਦਾ ਸੀ, ਇੱਥੇ ਇਹ ਹੁੰਦਾ ਸੀ। ਮੈਂ ਲਗਾਤਾਰ ਇਹਦੇ ਉੱਤੇ ਕੰਮ ਕਰ ਰਿਹਾ ਹੈ। ਜੋ ਮੇਰਾ ਉਸ ਟਾਈਮ ਲੇਖ ਛਾਪਿਆ ਸੀ ਉਹ ਇਹ ਸੀ, ਪੂਰੇ ਪਿੰਡ ਦਾ ਇਹ ਲੇਖ ਸੀ, ਚੰਡੀਗੜ੍ਹ ਦੇ ਇੱਕ ਇਤਿਹਾਸਕ ਝਰੋਖੇ ਦੇ ਝਾਤ। ਜਲਦੀ ਹੀ ਮੈਂ ਇੱਕ ਕਿਤਾਬ ਵੀ ਲਿਖ ਰਿਹਾ ਇਹਨਾਂ ਪਿੰਡਾਂ ਦੇ ਬਾਰੇ। ਠੀਕ, ਤਾਂ ਮਲਕੀਤ ਜੀ, ਜਦੋਂ ਗੱਲ ਚੱਲਦੀ ਹੈ ਵੀ ਚੰਡੀਗੜ੍ਹ ਦੇ ਜਿਹੜੇ ਉਜੜੇ ਹੋਏ ਪਿੰਡ ਨੇ ਉਹਨਾਂ ਦੇ ਇਤਿਹਾਸ ਦੀ, ਤਾਂ ਜਿਵੇਂ ਪੋਸਟਾਂ ਵੀ ਤੁਸੀਂ ਪਾਈਆਂ ਫੇਸਬੁੱਕ ਦੇ, ਉੱਥੇ ਵੀ ਸਵਾਲ ਆਏ। ਹਾਂਜੀ, ਕੋਈ ਇਹ ਕਹਿੰਦਾ ਆ ਕਿ ਚੰਡੀਗੜ੍ਹ ਬਣਾਉਣ ਦੇ ਲਈ, ਇਹ ਰਾਜਧਾਨੀ ਬਣਾਉਣ ਦੇ ਲਈ 28 ਪਿੰਡ ਉਜਾੜੇਗੇ, ਕੋਈ ਕਹਿੰਦਾ 21 ਪਿੰਡ ਉਜਾੜੇਗੇ, ਕੋਈ 50 ਪਿੰਡ ਦੱਸਦਾ ਆ। ਸੋ ਸਭ ਤੋਂ ਪਹਿਲਾਂ ਤਾਂ ਸਾਨੂੰ ਸਹੀ ਸਹੀ ਜਾਣਕਾਰੀ ਦਿਓ ਵੀ ਇਹ ਕੁੱਲ ਕਿੰਨੇ ਪਿੰਡ ਉਠਾਲ ਕੇ ਇੱਥੋਂ ਚੱਕ ਕੇ ਜਿਹੜੀ ਹੈ ਪੰਜਾਬ ਦੀ ਰਾਜਧਾਨੀ ਇੱਥੇ ਵਸਾਈ ਗਈ ਸੀ। ਟੋਟਲ 50 ਪਿੰਡ ਸੀ ਜੀ, ਜੋ ਇੱਥੇ ਜਿਨ੍ਹਾਂ ਦੇ ਪ੍ਰੋਜੈਕਟ ਸੀ ਇਹ ਚੰਡੀਗੜ੍ਹ ਬਣਾਉਣ ਦਾ ਪਲਾਨ ਉਲੀਕਿਆ ਗਿਆ ਸੀ। ਉਹਨਾਂ ਦੇ ਵਿੱਚ 28 ਪਿੰਡ ਉਜਾੜੇ ਗਏ ਨੇ, 22 ਇਸ ਟਾਈਮ ਵੱਸਦੇ ਨੇ। ਜਿਹੜੇ 28 ਇੱਥੋਂ ਉਜਾੜੇ ਹੈ ਉਹ ਦੋ ਕਿਸ਼ਤਾਂ ਦੇ ਵਿੱਚ ਕਹਿ ਲਓ ਜਾਂ ਦੋ ਫੇਸਾਂ ਦੇ ਵਿੱਚ ਕਹਿ ਲਓ। 1950 ਤੋਂ ਲੈ ਕੇ 1960 ਤੱਕ ਪਹਿਲਾਂ 17 ਪਿੰਡ ਉਠਾਏ, ਫਿਰ 1960 ਤੋਂ ਲੈ ਕੇ 1975 ਤੱਕ 11 ਪਿੰਡ ਫੇਰ ਉਠਾਲੇ। ਸੋ 28 ਪਿੰਡ ਉਠਾਏ ਹੈ ਜੀ, 22 ਰਹਿੰਦੇ ਨੇ ਚੰਡੀਗੜ੍ਹ ਦੇ ਵਿੱਚ ਵੱਸਦੇ ਨੇ, ਅਤੇ ਟੋਟਲ 50 ਪਿੰਡ ਸੀ। ਠੀਕ, ਅੱਛਾ ਜੀ, ਜਦੋਂ ਅਸੀਂ ਇਹ ਲਲਕਾਰ ਦੇ ਪੇਜ ਦੇ ਉੱਤੇ ਅਸੀਂ ਪਾਠਕਾਂ ਨੂੰ ਦੱਸ ਦਈਏ ਕਿ ਕੁਛ ਸਮਾਂ ਪਹਿਲਾਂ ਇਹ ਪੋਸਟਾਂ ਜੋ ਮਲਕੀਤ ਸਿੰਘ ਔਜਲਾ ਜੀ ਦੀਆਂ ਪੋਸਟਾਂ ਨੇ ਉਹ ਸਾਂਝੀਆਂ ਕੀਤੀਆਂ ਸੀ, ਇਹਨਾਂ ਦਾ ਆਪਣਾ ਇੱਕ ਪੇਜ ਚੱਲਦਾ ਆ ਚੰਡੀਗੜ੍ਹ ਦੇ ਉਜੜੇ ਪਿੰਡ ਕਰਕੇ, ਉੱਥੋਂ ਇਹਨਾਂ ਨੇ ਪੋਸਟਾਂ ਪਾਈਆਂ, ਅਤੇ ਉੱਥੇ ਵੀ ਕਈ ਪਾਠਕਾਂ ਨੇ ਸਾਨੂੰ ਸਵਾਲ ਕੀਤੇ ਕਿ ਜਿਹੜੇ ਇਹ ਪਿੰਡ ਉਠਾਲੇ ਗਏ, ਜਿਹੜੇ ਲੋਕ ਇੱਥੋਂ ਉਜੜ ਗਏ, ਉਹਨਾਂ ਨੂੰ ਮੁਆਵਜ਼ੇ ਦੇ ਰੂਪ ਦੇ ਵਿੱਚ ਕੀ ਦਿੱਤਾ ਗਿਆ, ਅਤੇ ਉਹ ਅੱਜ ਉਹ ਲੋਕ ਕਿੱਥੇ ਵੱਸਦੇ ਆ। ਬਹੁਤ ਸਾਰੇ ਪਾਠਕਾਂ ਦਾ ਇਹ ਸਵਾਲ ਸੀਗਾ ਵੀ ਅੱਜ ਉਹ ਲੋਕ ਕਿੱਥੇ ਵੱਸਦੇ ਨੇ, ਅਤੇ ਉਸ ਟਾਈਮ ਜਦੋਂ ਉਜਾੜੇ ਗਏ ਤਾਂ ਕੀ ਕਹਿ ਕੇ ਜਾੜਿਆ ਗਿਆ, ਜਾਂ ਉਹਨਾਂ ਨੂੰ ਕੀ ਫਿਰ ਮੁਆਵਜ਼ਾ ਦਿੱਤਾ, ਇਹਦੇ ਬਾਰੇ ਵੀ ਸਾਡੇ ਪਾਠਕਾਂ ਨਾਲ ਜਾਣਕਾਰੀ ਜਿਹੜੀ ਆ ਉਹ ਸਾਂਝੀ ਜ਼ਰੂਰ ਕਰੋ ਜੀ। ਦੇਖੋ ਜੀ, ਉਜਾੜੇ ਜਿਹੜੇ ਹੈ, ਉਜਾੜਾ ਨਾਂ ਇਹ ਬੜਾ ਮਾੜਾ ਹੈਗਾ, ਕੋਈ ਖੁਸ਼ੀ 'ਤੇ ਤਾਂ ਉਜੜਦਾ ਨਹੀਂ ਹੈ। ਉਹਨਾਂ ਨੂੰ ਉਹ ਜਾਣਾ ਨਹੀਂ ਸੀ ਚਾਹੁੰਦੇ ਇੱਥੇ, ਉਹ ਲੋਕ ਸੀ ਜਿਹੜੇ ਇੱਥੇ ਰਹਿੰਦੇ ਸੀ ਪਿੰਡਾਂ ਦੇ ਵਿੱਚ, ਉਹਨਾਂ ਨੂੰ ਧੱਕੇ ਨਾਲ ਉਠਾਇਆ ਗਿਆ। ਉਸ ਟਾਈਮ ਕਾਫੀ ਸੰਘਰਸ਼ ਵੀ ਹੋਇਆ, ਉਹਨਾਂ ਨੇ ਮੁਹਿੰਮਾਂ ਵੀ ਚਲਾਈਆਂ, ਬਹੁਤੇ ਗਿਆਨ ਹੈ ਨਹੀਂ ਸੀ, ਪੜ੍ਹੇ ਲਿਖੇ ਘੱਟ ਸੀ ਲੋਕ। ਫਿਰ ਉਹਨਾਂ ਨੂੰ ਸਰਕਾਰ ਨੇ ਜੋ ਐਡਮਿਨਿਸਟ੍ਰੇਸ਼ਨ ਹੈ ਉਸ ਟਾਈਮ ਜ਼ਮੀਨ ਦੇ ਬਦਲੇ ਜ਼ਮੀਨ ਦਿੱਤੀ, ਮਕਾਨ ਦੇ ਬਦਲੇ ਮਕਾਨ ਦਿੱਤੇ ਆ, ਕਿਉਂਕਿ ਸੰਨ 47 ਦੇ ਵਿੱਚ ਜਦੋਂ ਫਿਰ ਕੁਛ ਪਿੰਡਾਂ 'ਚ ਜ਼ਮੀਨਾਂ ਖਾਲੀ ਹੋ ਗਏ ਸੀ, ਮੁਸਲਮਾਨ ਸਾਡੇ ਭਰਾ ਚਲੇ ਗਏ ਸੀ ਪਾਕਿਸਤਾਨ, ਉਹਨਾਂ ਦੇ ਮਕਾਨ ਵੀ ਪਏ ਸੀ, ਉਹ ਜ਼ਮੀਨਾਂ ਉਹਨਾਂ ਨੂੰ ਅਲਾਟ ਕਰਤੀਆਂ, ਮਕਾਨ ਅਲਾਟ ਕਰਤੇ। ਪਰ ਉਹ ਨੇੜੇ ਤੇੜੇ ਬੈਠੇ ਨੇ ਇੱਥੇ ਕੁਰਾਲੀ ਵੈਲਟ ਦੇ ਵਿੱਚ, ਅਸਨੇਟਾ ਲਾਂਡਰਾਂ ਇਹਨਾਂ ਪਿੰਡ ਇੱਥੇ ਪਿੰਡਾਂ ਦੇ ਵਿੱਚ ਬਹੁਤ ਬੈਠੇ ਨੇ, ਹਰਿਆਣੇ ਵਾਲੇ ਪਾਸੇ ਵੀ ਹੈ, ਅਤੇ ਇਹ ਲੋਕ ਕਈਆਂ ਦਾ ਦੋ ਦੋ ਤਿੰਨ ਤਿੰਨ ਵਾਰ ਮਾਰਾਂ ਪੈ ਲਈਆਂ ਜੀ। ਹੁਣ ਇੱਥੋਂ ਉੱਠ ਕੇ ਜਿਹੜੇ ਗਏ ਸੀ, ਕੋਈ ਮੋਹਾਲੀ ਰਹਿਣ ਲੱਗ ਗਿਆ ਜੀ, ਏਅਰਪੋਰਟ ਵਾਲੇ ਪਾਸੇ ਰਹਿੰਦੇ ਨੇ, ਉਹ ਉੱਥੋਂ ਵੀ ਉਹਨਾਂ ਨੂੰ ਅੱਗੇ ਜਾ ਕੇ ਫਿਰ ਉਜੜਨਾ ਪੈ ਗਿਆ। ਸੋ ਇਹ ਸੀ ਜੋ ਦੱਸਦੇ ਨੇ, ਹੈ ਮੈਨੂੰ ਦੱਸਿਆ ਸਰਦਾਰ ਅੰਗਰੇਜ਼ ਸਿੰਘ ਬਡੇਹੜੀ ਜੀ, ਪਿੰਡ ਬਚਾਓ ਕਮੇਟੀ ਦੇ ਪ੍ਰਧਾਨ ਨੇ, ਉਹਨਾਂ ਨੇ ਦੱਸਿਆ ਸੀ ਕਿ 100 ਰੁਪਈਆ ਖਾਣ ਦੇ ਹਿਸਾਬ 'ਤੇ ਵੀ ਕੁਛ ਮੁਆਵਜ਼ਾ ਮਿਲਿਆ ਜੀ। ਖਾਣ ਜੋ ਉੱਪਰੋਂ ਇੱਕ ਹੁੰਦਾ ਹੈਗਾ, ਗਾਰਡਰਾਂ ਦਾ ਛੱਤਾਂ ਹੁੰਦੀਆਂ ਸੀ, ਇੱਕ ਖਾਣ ਹੁੰਦਾ ਸੀ 5 ਫੁੱਟ ਚੌੜਾ, ਉਹ 100 ਰੁਪਏ ਦੇ ਹਿਸਾਬ 'ਤੇ ਮਕਾਨ ਦੀ ਕੀਮਤ ਮਿਲੀ ਕਈਆਂ ਨੂੰ। ਅਤੇ ਜ਼ਮੀਨਾਂ ਵੀ ਇੱਥੋਂ ਜੋ ਜੇ ਕਿਸੇ ਦੇ ਇੱਥੇ 10 ਕਿੱਲੇ ਅਕੁਆਇਰ ਕਰਤੇ, ਉਹਨੂੰ ਚਾਹੀ ਕਹਿ ਇੱਥੇ ਕਹਿਤੇ ਅਸੀਂ ਮਾਰੂ ਹੈਗੀ, ਅੱਗੇ ਚਾਹੀ ਦੇਤੀ ਉਹਨੂੰ 10 ਦੇ 5 ਮਿਲੇ। ਸੋ ਇਸ ਤਰ੍ਹਾਂ ਕਰਕੇ ਬੜਾ ਸ਼ੋਸ਼ਣ ਹੋਇਆ ਜੀ ਲੋਕਾਂ ਦਾ। ਸੋ ਕਹੀਏ ਕਿ ਜਿਵੇਂ ਹਰ ਕੋਈ ਉਜਾੜਾ ਹੁੰਦਾ ਕਿ ਇੱਕ ਥਾਂ ਤੋਂ, ਚਾਹੇ ਉਹ 47 ਦਾ ਹੋਵੇ, ਚਾਹੇ ਚੰਡੀਗੜ੍ਹ ਬਣਾਉਣ ਦੇ ਲਈ ਉਜਾੜਾ ਹੋਵੇ, ਅਤੇ ਚਾਹੇ 66 ਦਾ, ਜਿਵੇਂ ਆਪਾਂ ਕਹੀਏ ਵੀ ਉਹਦੀ ਮਾਰ ਆਮ ਲੋਕਾਂ ਦੇ ਉੱਤੇ ਪਈ ਵੀ ਜਿੰਨਾ ਉਹਨਾਂ ਤੋਂ ਲੈ ਲਿਆ ਗਿਆ ਉਹਦੇ ਬਦਲੇ ਉਨਾ ਉਹਨਾਂ ਨੂੰ ਨਹੀਂ ਮਿਲਿਆ, ਅਤੇ ਇਹਦੇ ਬਾਰੇ ਜਦੋਂ ਆਪਾਂ ਜੀ ਗੱਲ ਕਰਦੇ ਹਾਂ, ਤੁਸੀਂ ਵੀ ਹੁਣ ਗੱਲ ਕੀਤੀ ਕਿ ਲੋਕ ਤਿਆਰ ਨਹੀਂ ਸੀ, ਜਾਂ ਆਪਾਂ ਕਹਿ ਦਈਏ ਕਿ ਲੋਕਾਂ, ਜਦੋਂ ਆਪਾਂ ਦੇਖਦੇ ਵੀ ਹੁਣ ਵੀ ਜਦੋਂ ਜ਼ਮੀਨਾਂ ਅਕੁਆਇਰ ਹੁੰਦੀਆਂ ਨੇ, ਵੀ ਜੇ ਲੋਕਾਂ ਦੀ ਮਰਜ਼ੀ ਤੋਂ ਬਿਨਾਂ ਕੋਈ ਜ਼ਮੀਨ ਅਕੁਆਇਰ ਹੁੰਦੀ ਹੈ ਤਾਂ ਲਾਜ਼ਮੀ ਹੈ ਵੀ ਲੋਕਾਂ ਵੱਲੋਂ ਵਿਰੋਧ ਵੀ ਹੁੰਦਾ ਗਾ। ਹਾਂਜੀ, ਕੋਈ ਮੁਜ਼ਾਹਰੇ ਅੰਦੋਲਨ, ਕੋਈ ਲਹਿਰ ਚੱਲਦੀ ਹੈ, ਕੋਈ ਧਰਨੇ ਲੱਗਦੇ ਨੇ, ਅਤੇ ਉਸ ਸਮੇਂ ਜੋ ਤੁਸੀਂ ਹੁਣ ਤੱਕ ਤੁਹਾਡੀ ਜੋ ਖੋਜ ਕੀਤੀ ਹੈ ਤੁਸੀਂ, ਉਹਦੇ ਬਾਰੇ ਕੁਛ ਦੱਸ ਸਕਦੇ ਹੋ ਵੀ ਕੀ ਉਸ ਵਕਤ ਜਦੋਂ 1950 ਦੇ ਵਿੱਚ 60 ਦੇ ਵਿੱਚ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਸੀ, ਜ਼ਮੀਨਾਂ ਅਕੁਆਇਰ ਹੋ ਰਹੀਆਂ ਸੀ, ਤਾਂ ਲੋਕਾਂ ਦਾ ਉਸ ਸਮੇਂ ਕਿਹੋ ਜਿਹਾ ਰੌਂ ਸੀ, ਲੋਕਾਂ ਦਾ ਕਿਹੋ ਜਿਹਾ ਵਿਰੋਧ ਸੀ ਉਸ ਸਮੇਂ?
उस टाइम भी जी लोगों ने मुहिम चलाई है, राजधानी रोको अंदोलन चलिया उस टाइम, सत्याग्रह भी रखिया, 21 सैक्टर 17 सैक्टर जिहड़ा चौंक दे पिंड हुंदा सी रुड़की, उत्थे पहली बार इन्हां ने इकट्ठ किया पिंडां वालिआं ने बहुत वड्डा, ते उत्थे राजधानी रोको अंदोलन इन्हां ने शुरू किया, गिरफ़्तारियां भी होईआं लोगों दीआं, फिरोजपुर भी जेल चले गए, वाले जेलां च बंद करते बंदे, ते सरकार दे अगे पर यह सफल नहीं होईआं इन्हां दीआं जो ये रोकना चाहते सी राजधानी रोक नहीं सके, राजधानी तो बन गई पर पिंड ठाते सी, लोग ये संघर्ष करते हुण थई बनी हुई है चंडीगढ़ कि पिंड बचाओ कमेटी, अंग्रेज सिंह जी बड़े हड़ी वाले प्रधान सी उन्हां दे, हुण भी शायद है बजुर्ग हो गए मंजे ते पए ने, इन्हां ने हुण भी हुण थई चली जा रही है जी उन्हां दी, हुण भी लड़ाई जा रही हैगी भी साडी जो पंजाबी भाषा सी साडी उहनूं इत्थे लागू करो, ये भी उन्हां दी मंग हैगी, मुआवजे मंग रहे ने जिहड़े 22 पिंड बचे हुए ने, वह हले उन्हां दी तां लड़ाई निरंतर जारी है जी हुण भी चल रही है जी। हाँ सर, अच्छा ये तुसी जिक्र कीता कि 22 पिंड हजे बचे हुए आ, 28 उजड़ गए, थोड़ा जिहा ये दस सकदे हो भी 28 जिहड़े उजड़ गए उन्हां दे कुछ नाम, और जिहड़े 22 बचे हुए आ जां जिहड़े हुण अज नगर निगम दे विच आ गए, इन्हां दे की नाम ने साडे पाठकां दे वास्ते, थोड़ा इहदा जिक्र जरूर करो। देखो जी जिहड़े पहला 17 28 सी पिंड 28 सी उन्हां दे विच सब तो पहला 4 पिंड इन्हां ने ठाले जी, 19 सैक्टर ते 27 सैक्टर दे नगला पिंड हुंदा सी, सब तो पहला यह पिंड उठाया, इसे पिंड दे विच ली कारबूजियर जो नक्शा जिसने बनाया चंडीगढ़ दा उहदा दफ्तर हुंदा सी, हुण भी बनिया होया है उन्हां दा ऑफिस, ते नगले दे नाल ही रुड़की पड़ाओ पिंड सी, 21 सैक्टर दे 17 सैक्टर विच आ चुक्या पिंड रुड़की पड़ा, कालीबड़ पिंड सी 8 सैक्टर दे विच, कंचनपुरा पिंड जिहनूं हमीरगढ़ सी कागजां विच नाम, यह 26 सैक्टर जिथे गुरु गोबिंद सिंह कॉलेज है उत्थे सी, रामनगर भंगी माजरा गवर्नर हाउस दे बन चुके उत्थे जी, झील बनी हुई है इहदे उत्ते जी, एक पिंड सी मैले माजरा जिथे मुख्यमंत्री पंजाब जी की कोठी है 2 सैक्टर दे विच उत्थे हुंदा सी, उहदे नाल थले सजादपुरा हुंदा सी PGI दे कॉर्नर ते जिथे माड़ी बनी हुई है सजादपुरे दी हैगी, मुंडिया का कॉलेज है 11 सैक्टर वाला, कांजी माजरे तो यूनिवर्सिटी बन गई, कैलड़ के उत्ते 24 ते 15 दे विच आ चुका, कैलड़ उत्ते बनया होया है इंदिरा हॉलीडे, ते सैणी माजरा अगे हुंदा सी जिथे 25 सैक्टर है शमशान घाट वाले पासे, खेड़ी पिंड सी 20 सैक्टर का गुरुद्वारा हुण भी खेड़ी दे विच हुंदा सी, गुरदासपुरा इधर 28 सैक्टर वल हुंदा सी, एलांटे माल बनया होया है, दलहेड़ी जट्टां दी दलहेड़ी राजपूतां दी 28 सैक्टर हुंदा सी, सो ये 17 पिंड सी जी। उहदे बाद फिर 1960 के बाद दूसरा फेस शुरू होया जदों काम, फिर बजवाड़ा चक्किया जी 36 सैक्टर 35 किसान भवन वाला, शाहपुर 38 सैक्टर के हुंदा सी गुरुद्वारा हुण भी है उहदा, फतेहगढ़ मादड़िया 34 सैक्टर सी पकाड़ली थिएटर के नाल जिथे गुरुद्वारा हुण भी है फतेहगढ़ मादड़िया का, तो होर काफ़ी पिंड इंडस्ट्रियल एरिया 2 फेस है जो उत्थे करसान बैर माजरा कंथाला फैदा काफ़ी पिंड सी 11 पिंड ये हो गए सी, झूमरू निजामपुर चूहड़पुर चूहड़ माजरा, तो ये 11 जी 7 पिंड इस टाइम भी चंडीगढ़ दे विच बच गए, बाद में फिर एजीटेशन शुरू हो गई काफ़ी ज़्यादा, एक वर्डिक्ट फैसला आ गया सी दिल्ली विच पालम जो हवाई अड्डे का पिंड है भी पिंड नहीं उठा सकते, फिर पिंड 7 पिंड उस टाइम इन्होंने फिर बंद करता सी पिंड लाल डोरे के अंदर नहीं छेड़ने, जमीना एक्वायर कीतियां जाणगियां, 7 पिंड ये जिहड़े बचे हुए ने बडैल बटेला बडहेड़ी कजहेड़ी अटावा पलसौरा डड्डू माजरा हलो माजरा मक्खण माजरा ये है ने, ते बाकी नेड़े तेड़े पिंड बैठे ने 22 पिंड जिहड़े होर विच मिला के बणदे गए 15 क पिंड ये, धनास सारंगपुर खुड्डा लाहौरा खुड्डा जस्सू अली शेर खुड्डा कैमबाला रैपर खुर्द रैपर कलां किशनगढ़ मनी माजरा दड़ूआ, सो इस तरह करके कुल मिला के 22 पिंड बचे हुए जी। ठीक है जी, बहुत वधिया जानकारी नवी जानकारी होएगी, और जिस तरह मलकीत जी नूं भी उंगलों के उत्ते सारे पिंडों के नाँ याद है, मेरे ख्याल नाल बहुत सारे साढ़े जिहड़े दोस्त देख रहे है पढ़ते ने पोस्टा, मेरे ख्याल नाल उन्हां दे लई पहली बारी इस तरह की जिहड़ी जानकारी है तरतीबबद्ध शायद उन्होंने देखी सुनी होवे। तो मलकीत जी जिवें तुसीं नाम लिया जी अवतार सिंह बड़ेहरी होरां दा जां कोई होर जो तुसीं आ खोज कर रहे सी, तुहाडे इस खोजकार दे विच कौन कौन लोग सहाई होए
ਕੋਈ ਪੁਰਾਣੇ ਬਜ਼ੁਰਗ ਜਿਹੜੇ ਨੇ ਤੁਹਾਨੂੰ ਮਿਲੇ ਹੋਣਗੇ ਜਾਂ ਕੋਈ ਸਰਕਾਰੀ ਤੁਸੀਂ ਰਿਕਾਰਡ ਫਰੋਲੇ ਹੋਣਗੇ, ਉਹਦੇ ਬਾਰੇ ਦੱਸੋ ਵੀ ਤੁਸੀਂ ਆਪਦਾ ਖੋਜ ਕਾਰਜ ਕਿੱਥੇ ਕਿੱਥੋਂ ਮਦਦ ਤੁਸੀਂ ਲਈ ਵੀ ਇਸ ਜਾਣਕਾਰੀ ਤੱਕ ਪਹੁੰਚਣ ਦੇ ਲਈ। ਹਾਂਜੀ, ਬਹੁਤ ਸੋਹਣਾ ਸਵਾਲ ਹੈ ਤੁਹਾਡਾ। ਸਭ ਤੋਂ ਪਹਿਲਾਂ ਮੈਨੂੰ ਸਾਡੇ ਪਿੰਡ ਮਾਸਟਰ ਲਖਵੀਰ ਸਿੰਘ ਜੀ ਹੁੰਦੇ ਸੀ, ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹੁਣ ਵੀ ਨੇ, ਉਹਨਾਂ ਨੇ ਮੈਨੂੰ ਗੁਰਦੁਆਰੇ ਦੇ ਵਿੱਚ ਸ਼ਾਮ ਨੂੰ ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਇੱਕ ਵਾਰ ਬੈਠੇ ਸੀ, ਉਹਨਾਂ ਨੇ ਦੱਸਿਆ ਸੀ ਇਹਨਾਂ ਪਿੰਡਾਂ ਬਾਰੇ। ਉਦੋਂ ਮੈਂ ਕਾਗਜ਼ ਦਿੱਤੇ ਨਾਂ ਨੋਟ ਕੀਤੇ ਸੀ ਪਿੰਡਾਂ ਦੇ, ਨਿਸ਼ਾਨੀਆਂ ਵੀ ਦੱਸੀਆਂ ਸੀ। ਫਿਰ ਮੇਰੀ ਖੋਜ ਸ਼ੁਰੂ ਹੋਈ ਅਤੇ ਮੈਂ ਅਖਬਾਰ ਨੂੰ ਲੇਖ ਭੇਜਿਆ ਲਿਖ ਕੇ। ਅਖਬਾਰ ਵਾਲੇ ਮੈਨੂੰ ਕਹਿਣ ਲੱਗੇ, ਬਹੁਤ ਵਧੀਆ ਲੇਖ ਹੈ, ਪਿੰਡਾਂ ਦੇ ਬਾਰੇ ਲਿਖਿਆ ਤੁਸੀਂ, ਵੀ ਐਂ ਪਤਾ ਕਰੋ ਬੰਦੇ ਕਿੱਥੇ ਗਏ ਇਹ ਉੱਜੜ ਕੇ। ਫਿਰ ਮੈਂ ਜੀ ਅੰਗਰੇਜ਼ ਸਿੰਘ ਬਡਹੇੜੀ ਜੀ ਕੋਲ ਪਹੁੰਚਿਆ, ਬਡਹੇੜੀ ਪਿੰਡ 'ਚ ਗੁਰਪੁਰਬ ਦਾ ਦਿਨ ਸੀ। ਉਹਨਾਂ ਨੇ ਜੀ ਮੈਨੂੰ ਸਾਰੇ ਬੰਦੇ ਗਣਾ ਦਿੱਤੇ ਜੀ, ਇਹ ਪਿੰਡ ਦੇ ਉੱਥੇ ਬੈਠੇ, ਇਹਦੇ ਉੱਥੇ ਬੈਠੇ ਜੀ। ਤਾਰਾ ਸਿੰਘ ਜੀ ਸ਼ਾਹਪੁਰ ਹੁਣ ਸੀ, ਸ਼ਾਹਪੁਰ 38 ਸੈਕਟਰ ਵਾਲੇ ਗੁਰਦੁਆਰੇ ਦੇ ਪ੍ਰਧਾਨ ਸੀ, ਉਹਨਾਂ ਨੇ ਵੀ ਬਹੁਤ ਜਾਣਕਾਰੀ 'ਚ ਵਾਧਾ ਕੀਤਾ, ਉਹਨਾਂ ਕੋਲ ਵੀ ਮੈਂ ਜਾਂਦਾ ਰਿਹਾ। ਅਤੇ ਸਾਡੇ ਮਿੱਤਰ ਨੇ ਜੀ ਸਰਦਾਰ ਰਜਿੰਦਰ ਸਿੰਘ ਜੀ ਬਡਹੇੜੀ, ਨੰਬਰਦਾਰ ਯੂਨੀਅਨ ਦੇ ਪ੍ਰਧਾਨ ਵੀ ਨੇ ਉਹ, ਅਤੇ ਉਹਨਾਂ ਦੇ ਬਜ਼ੁਰਗ ਵੀ ਕਾਫੀ, ਸਰਾਜ ਜੈਵ ਸਿੰਘ ਜੀ, ਜਥੇਦਾਰ ਜੈਵ ਸਿੰਘ ਜੀ, ਉਹਨਾਂ ਨੇ ਸੰਘਰਸ਼ ਕੀਤਾ ਇਹਨਾਂ ਪਿੰਡਾਂ ਨੂੰ ਬਚਾਉਣ ਬਾਰੇ, ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਜਾਣਕਾਰੀ ਦਿੱਤੀ। ਉਸ ਤੋਂ ਬਾਅਦ ਮੇਰਾ ਲੇਖ ਛਪਿਆ ਸੀ ਜੀ, ਜਦੋਂ ਲੇਖ ਛਪਿਆ ਅਖਬਾਰ ਦੇ ਵਿੱਚ ਮੇਰਾ ਨੰਬਰ ਵੀ ਛਾਪਤਾ ਸੀ ਅਖਬਾਰ ਵਾਲਿਆਂ ਨੇ। ਉਸ ਤੋਂ ਬਾਅਦ ਤਾਂ ਫਿਰ ਪਿੰਡਾਂ ਵਾਲਿਆਂ ਨੇ ਆਪ ਜੋ ਮੈਨੂੰ ਫੋਨ ਕਰ ਕਰਕੇ ਦੱਸਿਆ ਜੀ ਸਾਡਾ ਇਹ ਪਿੰਡ ਸੀ, ਆਹ ਸੀ ਸਾਡੀ, ਆਹ ਮੈਂ ਗੱਲਾਂ ਨੋਟ ਕਰਦਾ ਰਿਹਾ ਜੀ ਉਹਨਾਂ ਦੇ ਸਾਰੀਆਂ, ਅਤੇ ਇਸ ਤਰ੍ਹਾਂ ਮੇਰੀ ਜਾਣਕਾਰੀ 'ਚ ਵਾਧਾ ਹੋ ਰਿਹਾ। ਹੁਣ ਵੀ ਲਗਾਤਾਰ ਜਾਰੀ ਹੈ, ਮੈਨੂੰ ਲੋਕ ਮਿਲਦੇ ਨੇ, ਆਪ ਫੋਨ ਕਰਕੇ ਦੱਸਦੇ ਨੇ ਜੀ ਸਾਡੇ ਪਿੰਡ ਬਾਰੇ ਲਿਖੋ, ਸਾਡੇ ਪਿੰਡ ਬਾਰੇ ਆਹ ਲਿਖੋ। ਹੁਣ ਮੇਰੇ ਪਾਸ ਜਾਣਕਾਰੀ ਇੰਨੀ ਜ਼ਿਆਦਾ ਇਕੱਠੀ ਹੋ ਗਈ ਕਿ ਮੈਂ ਇਹਨੂੰ ਸੋਚ ਰਿਹਾ ਹਾਂ ਵੀ ਇਹਦਾ ਇੱਕ ਕਿਤਾਬ ਦੇ ਰੂਪ ਵਿੱਚ ਸਾਂਭੀ ਜਾਵੇ, ਇਹ ਜੋ ਇਤਿਹਾਸ ਹੈ, ਖਿਲਰਿਆ ਹੋਇਆ ਇਤਿਹਾਸ ਹੈ, ਇਹਨੂੰ ਇਕੱਠਾ ਕਰਕੇ ਕਿਤਾਬ ਦਾ ਰੂਪ ਦਿੱਤਾ ਜਾਵੇ, ਤਾਂ ਕਿ ਇਹ ਸਾਡੀਆਂ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਲੱਗੇ ਵੀ ਇੱਥੇ ਪਿੰਡ ਸੀ, ਨਹੀਂ ਤਾਂ ਪੁਰਾਣੇ ਬਜ਼ੁਰਗਾਂ ਨੇ ਚਲੇ ਜਾਣਾ ਹੈਗਾ, ਕਿਸੇ ਨੂੰ ਪਤਾ ਨਹੀਂ ਲੱਗਣਾ ਇੱਥੇ ਕੀ ਹੁੰਦਾ ਸੀ। ਬਿਲਕੁਲ ਜੀ। ਅੱਛਾ, ਤੁਸੀਂ ਇਹੋ ਜਿਹੇ ਜਦੋਂ ਪੋਸਟਾਂ ਪਾਈਆਂ ਉਦੋਂ ਵੀ ਫੋਨ ਆਏ ਹੋਣੇ ਵੀ ਕਿੱਥੋਂ ਕਿੱਥੋਂ ਤੁਹਾਨੂੰ ਕੋਈ ਰਾਬਤਾ ਮਿਲਿਆ ਕਿ ਵੀ ਸਾਡੇ ਬਾਰੇ ਵੀ ਤੁਸੀਂ ਲਿਖੋ ਜਾਂ ਸਾਨੂੰ ਜਾਣਕਾਰੀ ਹੈ, ਸਾਡੇ ਤੋਂ ਵੀ ਜਾਣਕਾਰੀ ਹਾਸਲ ਕਰ ਲਓ, ਜਦੋਂ ਤੁਸੀਂ ਪੋਸਟਾਂ ਪਾਉਣੀਆਂ ਸ਼ੁਰੂ ਕੀਤੀਆਂ ਉਹਦਾ ਕਿਸ ਤਰ੍ਹਾਂ ਦਾ ਹੁੰਗਾਰਾ ਸੀਗਾ ਜੀ? ਹਾਂਜੀ ਹਾਂਜੀ, ਬਹੁਤ ਲੋਕ ਫੋਨ ਕਰਦੇ ਨੇ ਜੀ, ਉਹ ਦੱਸਦੇ ਨੇ, ਸ਼ਾਬਾਸ਼ ਵੀ ਦਿੰਦੇ ਨੇ, ਅਤੇ ਦੱਸਦੇ ਵੀ ਨਹੀਂ ਸਾਡਾ ਪਿੰਡ ਸੀ ਜੀ ਇਹ, ਤੁਸੀਂ ਸਾਡੇ ਬਾਰੇ ਲਿਖਿਆ। ਅਤੇ ਜਦੋਂ ਮੈਨੂੰ ਪੁੱਛਦਾ ਹਾਂ ਕਿ ਤੁਹਾਨੂੰ ਇਹ ਪਤਾ ਹੈਗਾ ਜੋ ਮੈਂ ਲਿਖਿਆ, ਕੁਛ ਮੈਂ ਗਲਤ ਤਾਂ ਨਹੀਂ ਲਿਖਿਆ, ਉਹ ਐਕਚੁਅਲੀ ਉਹ ਨਵੀਂ ਜਨਰੇਸ਼ਨ, ਉਹਨੂੰ ਆਪ ਨਹੀਂ ਪਤਾ ਹੁੰਦਾ, ਖੁਸ਼ੀ ਹੁੰਦੀ ਹੈ ਉਹਨਾਂ ਨੂੰ ਵੀ ਇਹ ਵੀ ਇਹ ਸਾਡੇ ਪਿੰਡ ਬਾਰੇ ਲਿਖ ਰਿਹਾ ਹੈ, ਅਤੇ ਪਰ ਉਹਨਾਂ ਨੂੰ ਆਪ ਹੈਰਾਨ ਹੁੰਦੇ ਨੇ, ਉਹਨੂੰ ਪਤਾ ਨਹੀਂ ਵੀ ਸਾਡੇ ਪਿੰਡ ਆਹ ਸੀ, ਇੰਨਾ ਸਾਡਾ ਰਕਬਾ ਸੀ, ਇਹ ਸਾਡਾ ਨੰਬਰਦਾਰ ਸੀ। ਫਿਰ ਮੈਂ ਉਹਨਾਂ ਨੂੰ ਕਈਆਂ ਨੂੰ ਪੁੱਛਦਾ ਵੀ ਤੁਹਾਡੇ ਕੋਈ ਪੁਰਾਣਾ ਹੈ ਘਰ ਦੇ ਵਿੱਚ, ਬਜ਼ੁਰਗ ਹੈ ਤੁਹਾਡਾ ਕੋਈ? ਉਹ ਕਹਿੰਦੇ ਹਾਂਜੀ। ਫਿਰ ਮੈਂ ਕਹਿੰਦਾ ਉਹਨਾਂ ਨਾਲ ਗੱਲ ਕਰਾਓ, ਉਹਨਾਂ ਨੇ ਗੱਲ ਕਰਾਈ ਅੱਗੇ, ਫਿਰ ਇਸ ਤਰ੍ਹਾਂ ਮੈਂ ਮੇਰੀ ਜਾਣਕਾਰੀ ਵਿੱਚ ਵਾਧਾ ਹੋ ਰਿਹਾ ਜੀ। ਕਾਫੀ ਮੈਂ ਨੰਬਰ ਨੋਟ ਕੀਤੇ ਹੋਏ ਨੇ ਜਿਨ੍ਹਾਂ ਦੇ ਬਜ਼ੁਰਗ ਹਾਲੇ ਹੈ ਨੇ, ਪਰ ਉਹ ਚੱਲਣ ਫਿਰਨ ਤੋਂ ਅਸਮਰੱਥ ਨੇ, ਮੰਜਿਆਂ ਦੇ ਉੱਤੇ ਨੇ, ਬਜ਼ੁਰਗ ਉਮਰਾਂ ਜ਼ਿਆਦਾ ਹੋ ਗਈਆਂ। ਮੈਂ ਉਹਨਾਂ ਦੇ ਕੋਲ ਜ਼ਰੂਰ ਜਾਣਾ, ਛੇਤੀ ਮੈਂ ਕੋਸ਼ਿਸ਼ ਕਰ ਰਿਹਾ ਉਹਨਾਂ ਕੋਲ ਪਹੁੰਚਾਂ, ਜਾ ਕੇ ਮਿਲਾਂ ਉਹਨਾਂ ਦੇ ਨਾਲ, ਗੱਲਬਾਤ ਕਰਾਂ, ਹੋਰ ਜਾਣਕਾਰੀ ਉਹਨਾਂ ਤੋਂ ਲਵਾਂ ਜੀ। ਸੋ ਜਲਦੀ ਹੀ ਇਹ ਮੈਂ ਜਾਵਾਂਗੀ ਜੀ ਉਹਨਾਂ ਦੇ ਕੋਲ। ਅੱਛਾ ਜੀ, ਤੁਸੀਂ ਹੁਣ ਜਾਂਦੇ ਰਹੇ ਹੋ ਪੁਰਾਣੇ ਪਿੰਡਾਂ ਦੇ ਵਿੱਚ, ਪੁਰਾਣੇ ਲੋਕਾਂ ਨੂੰ ਮਿਲਦੇ ਰਹੇ। ਅੱਛਾ, ਇਹਦੇ ਦੌਰਾਨ ਕੋਈ ਤੁਹਾਡੇ ਕੋਈ ਦਿਲਚਸਪ ਕੋਈ ਕਿੱਸਾ ਤੁਹਾਨੂੰ ਪੇਸ਼ ਆਇਆ ਹੋਵੇ, ਕਿਸੇ ਬਜ਼ੁਰਗ ਨੇ ਕੋਈ ਗੱਲ ਦੱਸੀ ਹੋਵੇ, ਕੋਈ ਕਿਸੇ ਨੇ ਹੋ ਸਕਦਾ ਤਾਨਾ ਮਾਰਿਆ ਹੋਵੇ ਰੋਸ ਦਾ ਵੀ ਸਾਨੂੰ ਇੱਦਾਂ ਕਰਕੇ ਉਜਾੜਤਾ ਜੀ, ਜਾਂ ਕੋਈ ਜਿਵੇਂ ਆਪਾਂ ਕਹੀਏ ਵੀ ਕਈ ਲੋਕ ਸਰਕਾਰ ਦੇ ਫੈਸਲੇ ਨਾਲ ਨਹੀਂ ਵੀ ਸਹਿਮਤ ਸੀਗੇ, ਔਰ ਸੁਣੀਦਾ ਆ ਵੀ ਉਹ ਬਹੁਤ ਲੰਬੇ ਸਮੇਂ ਤਾਂ ਹੀ ਪੁਰਾਣੀਆਂ ਥਾਵਾਂ ਦੇ ਉੱਤੇ ਹੀ ਬੈਠੇ ਰਹੇ ਜਦਕਿ ਉਹ ਸੈਕਟਰ ਬਣ ਗਏ। ਸੋ ਇੱਦਾਂ ਦੇ ਕੁਛ ਦਿਲਚਸਪ ਕਿੱਸੇ ਜਿਹੜੇ ਨੇ ਉਹ ਜੇ ਤੁਸੀਂ ਪਾਠਕਾਂ ਦੇ ਨਾਲ ਸਾਂਝੇ ਕਰ ਸਕਦੇ ਹੋ ਤਾਂ ਬਹੁਤ ਵਧੀਆ ਰਹੇਗਾ। ਹਾਂਜੀ, ਇਸ ਤਰ੍ਹਾਂ ਜੀ ਦੇਖੋ, ਜਦੋਂ ਜਾਂਦੇ ਹੈਗੇ ਦੁੱਖੜੇ ਤਾਂ ਉਹਨਾਂ ਦੇ ਹੁੰਦੇ ਹੀ ਹੈ, ਦੁਖੀ ਬੰਦੇ ਨੇ, ਉਹਨਾਂ ਨੂੰ ਇੱਕ ਉਮੀਦ ਹੁੰਦੀ ਹੈ ਵੀ ਬੰਦਾ ਆਇਆ ਸਾਡੇ ਕੋਲ ਚੱਲ ਕੇ। ਉਮੀਦ ਦੋ ਤਰ੍ਹਾਂ ਦੀ ਹੁੰਦੀ, ਇੱਕ ਤਾਂ ਉਹ ਦੇਖਦੇ ਨੇ ਵੀ ਸ਼ਾਇਦ ਸਾਨੂੰ ਕੁਛ ਦੇ ਕੇ ਜਾਊਂਗਾ, ਕਿ ਨਹੀਂ ਸਰਕਾਰ ਦਾ ਨੁਮਾਇੰਦਾ ਆਇਆ। ਜਦੋਂ ਮੈਂ ਦੱਸਦਾ ਹਾਂ ਜਾ ਕੇ ਕਿ ਮੈਂ ਤਾਂ ਇਹ ਖੋਜ ਕਰ ਰਿਹਾ ਹਾਂ, ਇਹਨਾਂ ਪਿੰਡਾਂ ਬਾਰੇ ਮੇਰੀ ਜਾਣਕਾਰੀ ਲੈਣੀ ਹੈ, ਫਿਰ ਉਹਨਾਂ ਦਾ ਇਹ ਵੀ ਇੱਕ ਸ਼ੰਕਾ ਹੁੰਦਾ ਵੀ ਕਿ ਕਿਤੇ ਕੋਈ ਪੈਸੇ ਇਕੱਠੇ ਕਰਨ ਵਾਲਾ ਬੰਦਾ ਨਾ ਹੋਵੇ। ਸਾਡੇ ਤੋਂ ਕਈ ਕਈ ਲੋਕਾਂ ਨੇ ਮੈਨੂੰ ਦੱਸਿਆ ਹੈਗਾ ਕਿ ਇਸ ਇਹੋ ਜਿਹੇ ਉਹਨਾਂ ਤੋਂ ਪੈਸੇ ਲੈ ਗਏ ਨੇ ਲੋਕ ਵੀ, ਅਸੀਂ ਜੀ ਤੁਹਾਨੂੰ ਇੰਨਾ ਦਵਾਵਾਂਗੇ, ਤੁਹਾਨੂੰ ਇਹ ਮੁਆਵਜ਼ਾ ਦਵਾਵਾਂਗੇ ਸਰਕਾਰ ਤੋਂ, ਉਹਨਾਂ ਤੋਂ ਪੈਸੇ ਲੈ ਕੇ ਚਲੇ ਗਏ, ਮੁੜ ਕੇ ਆਏ ਨਹੀਂ ਬੰਦੇ ਕੌਣ ਸੀ। ਸੋ ਇਹੋ ਜਿਹੀਆਂ ਗੱਲਾਂ, ਥੋੜ੍ਹੀ ਜਿਹੀ ਮੁਸ਼ਕਲਾਂ ਵੀ ਆਉਂਦੀਆਂ ਨੇ, ਲੋਕਾਂ ਦਾ ਦਿਲ ਜਿੱਤਣਾ ਬੜਾ ਔਖਾ ਹੁੰਦਾ, ਮੈਂ ਦੱਸੀ ਦੇਗਾ ਵੀ ਇਹੋ ਜਿਹੀ ਕੋਈ ਗੱਲ ਨਹੀਂ ਹੈ, ਮੈਂ ਤਾਂ ਤੁਹਾਡੇ ਵਿੱਚੋਂ ਹੀ ਹਾਂ, ਇਹ ਪਿੰਡਾਂ ਬਾਰੇ ਜਾਣਕਾਰੀ ਇਕੱਠੀ ਕਰ ਰਿਹਾ। ਫਿਰ ਉਹ ਲੋਕ ਦੱਸਦੇ ਨੇ ਆਪਣੀਆਂ ਗੱਲਾਂ, ਉਹਨਾਂ ਨੂੰ ਗੱਲਾਂ ਨੂੰ ਮੈਂ ਅੱਗੇ
ਪਛਾਣਦਾ ਨਹੀਂ, ਆਵਾਜ਼ ਵੀ ਉਠਾਉਂਦਾ ਰਹਿੰਦਾ ਕਿ ਇਹਨਾਂ ਪਿੰਡਾਂ ਦੀ ਯਾਦ ਬਣਨੀ ਚਾਹੀਦੀ ਹੈ। ਹਰੇਕ ਤੁਸੀਂ ਨੋਟ ਕਰਿਓ ਮੇਰੀ ਪੋਸਟ ਦੇ ਵਿੱਚ ਇਹ ਹੁੰਦਾ ਹੈ, ਜਦੋਂ ਮੈਂ ਅਖਬਾਰ 'ਚ ਲਿਖ ਲਿਖਿਆ ਉਸ ਟਾਈਮ ਵੀ ਇਹ ਕਰਦਾ ਸੀ ਵੀ ਇਹ ਚੌਂਕ ਦਾ ਨਾਂ ਇਹ ਪਿੰਡ ਦੇ ਹੋਣਾ ਚਾਹੀਦਾ, ਇਸ ਸੜਕ ਦਾ ਨਾਂ ਇਹ ਪਿੰਡ ਦੇ ਉੱਤੇ ਹੋਣਾ ਚਾਹੀਦਾ ਹੈ, ਕੋਈ ਯਾਦਗਾਰ ਬਣਨੀ ਚਾਹੀਦੀ ਇਹਨਾਂ ਪਿੰਡਾਂ ਦੀ, ਕੋਈ ਵੱਡੀ ਯਾਦਗਾਰ 28 ਪਿੰਡਾਂ ਦੀ। ਜੇ ਉਜਾੜ ਤੇ ਚਲੋ ਉਜੜ ਕੇ ਹੁਣ ਦੁਆਰਾ ਤਾਂ ਵਸਣੇ ਨਹੀਂ ਹੈ, ਸ਼ਹਿਰ ਬਣ ਗਿਆ, ਬੜਾ ਵਧੀਆ ਸ਼ਹਿਰ ਬਣਿਆ ਹੋਏਗਾ, ਪਰ ਉਹ ਪਿੰਡਾਂ ਦੀ ਯਾਦ ਜ਼ਰੂਰ ਬਣਨੀ ਚਾਹੀਦੀ ਹੈ, ਮੇਰੀ ਇਹ ਸੋਚ ਹੈਗੀ। ਔਰ ਬਾਕੀ ਪਿੰਡਾਂ ਦੇ ਨਾਲ ਵੀ ਹਮਦਰਦੀ, ਲੋਕਾਂ ਦੇ ਨਾਲ ਸਾਡੀ ਹਮਦਰਦੀ ਪੂਰੀ ਹੈ, ਜਿਹਨੂੰ ਨਹੀਂ ਹੱਕ ਮਿਲਿਆ ਸਰਕਾਰਾਂ ਨੂੰ ਉਹਨਾਂ ਦਾ ਹੱਕ ਬਣਦਾ ਦੇਣਾ ਚਾਹੀਦਾ ਹੈ। ਅੱਛਾ ਜੀ, ਪਿੱਛੇ ਜੇ ਹੁਣ ਸੁਣੀਦਾ ਆ ਵੀ ਨਿਸ਼ਾਨੀ ਤਾਂ ਚਲੋ ਛੱਡੋ, ਅਤੇ ਸਰਪੰਚ ਚੰਡੀਗੜ੍ਹ ਪ੍ਰਸ਼ਾਸਨ ਨੇ ਤਾਂ ਹੁਣ ਨਾਮ ਬਦਲਣ ਦਾ ਇੱਕ ਫੈਸਲਾ ਲਿਆ, ਜਿਵੇਂ ਮਨੀ ਮਾਜਰੇ ਦਾ ਨਾਮ ਸੈਕਟਰ 13 ਕੀਤਾ ਜਾ ਰਿਹਾ, ਇਸੇ ਤਰ੍ਹਾਂ ਧਨਾਸ ਦਾ ਨਾਮ ਜਾਂ ਹੋਰ ਇੱਦਾਂ ਦੇ ਪੁਰਾਣੀਆਂ ਥਾਵਾਂ ਦੇ ਨਾਮ ਬਦਲ ਕੇ ਸੈਕਟਰ ਬਣਾਏ ਜਾ ਰਹੇ ਨੇ। ਔਰ ਜਦੋਂ ਸਾਡੀ ਗੱਲ ਹੁੰਦੀ ਹੈ, ਕਈ ਲੋਕਾਂ ਨੇ ਸਾਨੂੰ ਦੱਸਿਆ ਵੀ ਅਸੀਂ ਨਾ ਖੁਸ਼ ਹੈ ਵੀ ਅਸੀਂ ਜਿਹੜਾ ਹੈਗਾ ਆ ਵੀ ਸਾਡਾ ਪਿੰਡ ਦਾ ਨਾਂ ਬਦਲ ਜੇ, ਵੀ ਸਾਨੂੰ ਇਹ ਚੀਜ਼ ਮਨਜ਼ੂਰ ਨਹੀਂ ਕਿਉਂਕਿ ਸਾਡਾ ਇੱਕ ਇਤਿਹਾਸ ਉਹਦੇ ਨਾਲ ਜੁੜਿਆ ਹੋਇਆ। ਅਤੇ 13 ਤੋਂ ਸੈਕਟਰ ਤੋਂ ਮੈਨੂੰ ਯਾਦ ਆਇਆ ਕਿ ਬਹੁਤ ਸਾਰੇ ਪਾਠਕ ਪੁੱਛਦੇ ਵੀ ਨੇ ਵੀ 13 ਸੈਕਟਰ ਚੰਡੀਗੜ੍ਹ ਦੇ ਵਿੱਚ ਕਿਉਂ ਨਹੀਂ ਹੈ, ਔਰ 13 ਇਸ ਸੈਕਟਰ ਦੀ ਜਿਹੜੀ ਵੰਡ ਹੈ ਇਹਦੇ ਬਾਰੇ ਵੀ ਜੇ ਕੋਈ ਜਾਣਕਾਰੀ ਹੈ ਜਿਹੜੀ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ ਵੀ ਪਲੈਨਿੰਗ ਪੂਰੀ ਕਿਸ ਤਰ੍ਹਾਂ ਦੀ ਬਣਾਉਣ ਦੇ ਵਿੱਚ, ਸੈਕਟਰ ਬਣਾਉਣ ਦੇ ਵਿੱਚ ਹੋਈ ਹੈ ਇਹ ਚੰਡੀਗੜ੍ਹ ਦੀ, ਉਹ ਵੀ ਤੁਸੀਂ ਜ਼ਰੂਰ ਸਾਂਝੀ ਕਰ ਸਕਦੇ ਹੋ। ਦੇਖੋ ਜੀ, ਜਿਹੜੀ ਪੁਰਾਣੀ ਜੋ ਚੰਡੀਗੜ੍ਹ ਦਾ ਨਕਸ਼ਾ ਤਿਆਰ ਕੀਤਾ ਲੀ ਕਾਰਬੂਜ਼ੀਅਰ ਸਾਹਿਬ ਨੇ, ਉਹਦੇ ਵਿੱਚ 13 ਸੈਕਟਰ ਨਹੀਂ ਸੀ ਐਕਚੁਅਲੀ। ਉਹਨਾਂ ਨੇ ਜੋ ਦੱਖਣ ਰੋਡ ਹੈਗਾ, ਦੱਖਣ ਮਾਰਗ ਹੈ ਟ੍ਰਿਬਿਊਨ ਅਤੇ ਭਾਸਕਰ ਰੋਡ, ਇੱਥੇ ਥਾਈਂ ਪਹਿਲਾਂ ਚੰਡੀਗੜ੍ਹ ਬਣਾਇਆ ਸੀ 25 ਸੈਕਟਰ, ਅਤੇ 25 ਦੇ ਵਿੱਚ ਉਹਨਾਂ ਨੇ ਜੋ ਇਹ ਬਣਾਇਆ ਜੀ, ਜ਼ੈਬਰਾ ਟੈਪ ਹੈਗੀ ਇਹ ਲਾਈਨ ਘੁੰਮੀ ਸੈਕਟਰਾਂ ਦੀ, ਅਤੇ ਇਹਨਾਂ ਦੇ ਵਿੱਚ ਇਹਨਾਂ ਦਾ ਜੋੜ ਉੱਪਰ ਤੋਂ ਥੱਲੇ ਤੋਂ ਕਰੀਏ 13 ਦੇ ਨਾਲ ਡਿਵਾਈਡ ਹੁੰਦਾ ਹੈਗਾ। ਇਹ ਹੋ ਸਕਦਾ ਕਿ 13 ਬਾਹਰ ਰੱਖ ਕੇ ਇਹ ਕੈਲਕੂਲੇਸ਼ਨ ਸਹੀ ਆਉਂਦੀ ਹੋਵੇ ਤਾਂ ਨਹੀਂ 13 ਸੈਕਟਰ ਬਣਾਇਆ। ਕਈ ਲੋਕ ਐਂ ਕਹਿੰਦੇ ਨੇ ਵੀ ਜੋ ਅਨਲੱਕੀ ਮੰਨਦੇ ਨੇ 13 ਸੈਕਟਰ 13 ਨੰਬਰ ਨੂੰ ਅੰਗਰੇਜ਼ ਲੋਕ, ਉਹਨਾਂ ਨੇ ਤਾਂ ਨਹੀਂ ਪਾਇਆ, ਇਹ ਤਾਂ ਹੁਣ ਪਤਾ ਨਹੀਂ ਉਹਨਾਂ ਨੂੰ, ਲੀ ਕਾਰਬੂਜ਼ੀਅਰ ਸਾਹਿਬ ਨੂੰ ਪਤਾ ਹੋਣਾ ਕਿਉਂ ਨਹੀਂ ਪਾਇਆ। ਅਤੇ 25 ਸੈਕਟਰ ਥਾਈਂ ਉਹਨਾਂ ਦੀ ਜੋ ਇਹ ਅਲਜਬਰਾ ਸੀ, ਜੋ ਗੁਣਾ ਤਕਸੀਮਾਂ ਉਹਨਾਂ ਨੇ ਕੀਤੀਆਂ ਬਿਲਕੁਲ ਸਹੀ ਸੀ। ਇੱਕ ਨਾ ਫਾਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ, PGI 12 ਸੈਕਟਰ ਹੈ, ਉਹਦੇ ਅੱਗੇ ਯੂਨੀਵਰਸਿਟੀ 14 ਆ ਗਿਆ, 12 ਅਤੇ 14 26, 13 ਨਾਲ ਇਹ ਡਿਵਾਈਡ ਹੁੰਦਾ 13 2 26, 14 ਅਤੇ ਅੱਗੇ 25 ਆ ਗਿਆ ਜੀ ਥੱਲੇ, 14 ਅਤੇ 25 39, 13 30 39, ਇਸ ਤਰ੍ਹਾਂ ਦੂਸਰੀ ਲਾਈਨ ਆ ਗਈ 2 ਸੈਕਟਰ ਹੈ ਜੋ ਇੱਥੇ CM ਸਾਹਿਬ ਦੀ ਕੋਠੀ, 2 ਅਤੇ ਥੱਲੇ 11 ਆ ਗਿਆ, 11 ਅਤੇ 2 13, 11 ਅਤੇ ਅੱਗੇ 15 ਆ ਗਿਆ, 15 ਅਤੇ 11 26, 13 2 26, 15 ਅਤੇ ਅੱਗੇ 24 ਆ ਗਿਆ, 24 ਅਤੇ 15 39, 13 30 39, ਇਸੇ ਤਰ੍ਹਾਂ ਜਿਹੜੇ ਮਰਜ਼ੀ ਤੁਸੀਂ ਲਾਈਨ ਫੜ ਲਓ 13 ਦੇ ਨਾਲ ਡਿਵਾਈਡ ਹੋਊਗੀ। ਇਹ ਇੱਧਰ ਆ ਗਿਆ 3 ਦੇ ਅੱਗੇ 10 ਆ ਗਿਆ, 10 ਅਤੇ 3 13, 10 ਦੇ ਥੱਲੇ 16 ਆ ਗਿਆ, 10 ਅਤੇ 16 26, 16 ਦੇ ਅੱਗੇ ਆ ਗਿਆ 23, 16 ਅਤੇ 23 39, 13 30 39, ਇਸੇ ਤਰ੍ਹਾਂ ਅਗਲੀ ਵਾਲੇ ਨਾਲ ਜਿਹੜੀ ਆ 7 ਸੈਕਟਰ ਵਾਲੀ ਦੇਖ ਲਓ ਜੀ, ਗਵਰਨਰ ਹਾਊਸ 6 ਦੇ ਵਿੱਚ, ਉਹਦੇ ਨਾਲ 7 ਹੈ, 6 ਅਤੇ 7 13, 7 ਦੇ ਅੱਗੇ 19 ਆ ਗਿਆ, 19 ਅਤੇ 7 26, 13 2 26, 19 ਅਤੇ ਅੱਗੇ 20 ਆ ਗਿਆ, 20 ਅਤੇ 19 39, 13 30 39, ਸੋ ਇਹ ਸੀ 25 ਸੈਕਟਰ ਥੀ ਪੂਰਾ ਸਿਸਟਮ ਚੱਲਿਆ ਜੀ ਇਹ। ਉਸ ਤੋਂ ਬਾਅਦ ਫਿਰ ਜਦੋਂ ਅਗਲੇ ਸੈਕਟਰ ਬਣੇ ਗਏ, 25 ਤੋਂ ਬਾਅਦ 26 ਇੱਧਰ ਲਿਆਂਦਾ ਇਹਨਾਂ ਨੇ ਜੀ, 27 ਲਿਆਂਦਾ, ਫਿਰ ਇਹ ਸਾਰਾ ਸਿਸਟਮ ਹਿੱਲ ਗਿਆ, ਉਹਦੇ 'ਤੇ ਲਾਗੂ ਨਹੀਂ ਰਿਹਾ, ਅਗਲੇ ਫੇਸ ਦੇ ਵਿੱਚ ਵੀ ਅਸੀਂ ਚੱਲਿਆ ਗਿਆ, ਹੁਣ ਉਹ 13 ਦੇ ਨਾਲ ਡਿਵਾਈਡ ਨਹੀਂ ਹੁੰਦਾ, ਅਤੇ ਹੁਣ ਇਹ 13 ਸੈਕਟਰ ਜੇ ਇਹ ਮਨੀ ਮਾਜਰੇ ਨੂੰ ਬਣਾ ਰਹੇ ਗੇ ਤਾਂ ਬਣਾਉਣ, ਪਰ ਉਸ ਦੇ ਉਹਨਾਂ ਦੇ ਜੋ ਇੱਕ ਪ੍ਰੋਗਰਾਮ ਲੀ ਕਾਰਬੂਜ਼ੀਅਰ ਸਾਹਿਬ ਨੇ ਲਿਖਿਆ ਸੀ ਉਹਦੇ ਵਿੱਚ ਇਹ ਮੇਰੇ ਖਿਆਲ ਤਾਂ ਕਵਰ ਹੁੰਦਾ ਨਹੀਂ ਹੈ 13। ਇਹ ਸੀ। ਅੱਛਾ ਜੀ, ਜਿਵੇਂ ਤੁਸੀਂ ਇਹ ਪੂਰਾ ਪ੍ਰੋਜੈਕਟ ਕੀਤਾ, ਤੁਹਾਡੀ ਜਾਣਕਾਰੀ ਦੇ ਵਿੱਚ ਇਸ ਤੋਂ ਪਹਿਲਾਂ ਵੀ ਕਿਸੇ ਨੇ ਇਹ ਕਾਰਜ ਕੀਤਾ ਜਾਂ ਜੋ ਤੁਹਾਡੇ ਕੰਮ ਦੇ ਵਿੱਚ ਕੋਈ ਇੱਦਾਂ ਦਾ ਸਹਾਈ ਹੋਇਆ ਹੋਵੇ ਵੀ ਤੁਹਾਡੀ ਇਸ ਖੋਜ ਦੇ ਵਿੱਚ, ਜਿਵੇਂ ਤੁਸੀਂ ਲੋਕਾਂ ਦਾ ਨਾਮ ਤਾਂ ਲਿਆ ਵੀ ਇਸ ਪਾਸੇ ਤੁਰਨ ਵਾਲਾ ਕੋਈ ਹੋਰ ਸ਼ਖਸ ਜਾਂ ਕੋਈ ਕੋਈ ਹੋਰ ਕਿਤਾਬ ਜਾਂ ਕੋਈ ਕੋਈ ਲੇਖ ਆ ਗਿਆ ਹੋਵੇ ਅਖਬਾਰ ਦੇ ਵਿੱਚ ਇਸ ਵਿਸ਼ੇ ਨਾਲ ਸੰਬੰਧਿਤ, ਜੇ ਕੋਈ ਹੋਰ ਇੱਦਾਂ ਦੀ ਜਾਣਕਾਰੀ ਹੈ, ਕੋਈ ਹੋਰ ਨੇ ਵੀ ਕਿਸੇ ਨੇ ਇਹ ਕੰਮ ਫੜਿਆ ਆ? ਹਾਂਜੀ ਹਾਂਜੀ, ਸਰਦਾਰ ਤਰਲੋਚਨ ਸਿੰਘ ਜੀ ਜੀ ਪੰਜਾਬੀ ਟ੍ਰਿਬਿਊਨ 'ਚ ਹੁੰਦੇ ਸੀ, ਅੱਜ ਕੱਲ੍ਹ PTC 'ਤੇ ਹੈ, ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕਰੀ ਹੈ। ਬੇਸ਼ੱਕ ਲੇਖ ਮੇਰਾ ਪਹਿਲਾਂ 2008 ਛਪਿਆ ਸੀ, ਫਿਰ ਉਹਨਾਂ ਦੀ ਇੱਕ ਲੜੀ ਚੱਲੀ ਹੈਗੀ ਉਜਾੜਿਆਂ ਦੀ ਦਾਸਤਾਨ, ਅਖਬਾਰਾਂ 'ਚ ਛਪੇ ਲੇਖ ਮੈਂ ਸਾਰੇ ਪੜ੍ਹਦਾ ਰਿਹਾ, ਉਹਨਾਂ ਦੀ ਜਾਣਕਾਰੀ ਮੈਨੂੰ ਵੀ ਮਿਲੀ ਹੈ। ਫਿਰ ਉਹਨਾਂ ਦੀ ਇੱਕ ਪੁਸਤਕ 2012 'ਚ ਉਹਨਾਂ ਨੇ ਲਿਖੀ ਉਜਾੜਿਆਂ ਦੀ ਦਾਸਤਾਨ ਦੇ ਨਾਂ ਸੀ, ਉਹਦੇ ਵਿੱਚ ਬਹੁਤ ਜ਼ਿਆਦਾ ਅੰਕੜੇ ਉਹਨਾਂ ਨੇ ਪੇਸ਼ ਕੀਤੇ, ਲੋਕਾਂ ਦੇ ਦੱਸਿਆ, ਲੋਕਾਂ ਦੇ ਦੁੱਖੜੇ ਵੀ
ਸਾਹਮਣੇ ਲਿਆਂਦੇ ਗਏ। ਕਾਫੀ ਵੱਡਾ ਉਹਨਾਂ ਨੇ ਇਕੱਠ ਕਰਕੇ ਪੰਜਾਬ ਕਲਾ ਭਵਨ 'ਚ ਇਹ ਪੁਸਤਕ ਰਿਲੀਜ਼ ਕੀਤੀ ਸੀ ਅਤੇ ਉਹ ਵੀ ਪੁਸਤਕ ਮੈਂ ਸਾਰੀ ਪੜ੍ਹੀ ਹੈ। ਸਾਡੇ ਪੁਆਧ ਇਲਾਕੇ ਦੇ ਮੰਨੇ ਪਰਮੰਨੇ ਰਾਈਟਰ ਨੇ, ਸਾਹਿਤਕਾਰ ਨੇ, ਸਰਦਾਰ ਮਨਮੋਹਨ ਸਿੰਘ ਜੀ ਦਾਊਂ ਸਾਹਿਬ, ਉਹਨਾਂ ਨੇ ਪੁਆਧੀ ਬਾਰੇ ਬਹੁਤ ਕਿਤਾਬਾਂ ਲਿਖੀਆਂ। ਇੱਕ ਕਿਤਾਬ ਆਈ ਸੀ ਉਹਨਾਂ ਦੀ, ਚੰਡੀਗੜ੍ਹ ਨੇ ਲੋਪ ਕੀਤੇ ਪੁਆਧੀ ਪਿੰਡ, ਉਹਨਾਂ ਨੇ ਇਹਨਾਂ ਪਿੰਡਾਂ ਬਾਰੇ ਬਹੁਤ ਜ਼ਿਆਦਾ ਜਾਣਕਾਰੀ ਦਿੱਤੀ, ਲੋਕਾਂ ਨੂੰ ਦੱਸਿਆ ਵੀ ਇਹ ਪਿੰਡ ਸੀ, ਇੱਥੇ ਉਹ ਹੁੰਦੇ ਸੀ, ਪੁਰਾਣੇ ਬੰਦੇ ਦੇ ਇੰਟਰਵਿਊ ਵਿੱਚ ਨਾਂ ਮੈਨਸ਼ਨ ਕੀਤੇ, ਉਹਨਾਂ ਕੋਲ ਜਾ ਕੇ ਇੰਟਰਵਿਊ ਕਰਕੇ ਮੰਨੀਆਂ ਪ੍ਰਮੰਨੀਆਂ ਸ਼ਖਸ਼ੀਅਤਾਂ ਬਾਰੇ ਦੱਸਿਆ। ਸੋ ਉਹ ਪੁਸਤਕ ਬਹੁਤ ਜ਼ਿਆਦਾ ਪੜ੍ਹਨ ਵਾਲੀ ਹੈ, ਮੈਂ ਆਪ ਪੜ੍ਹੀ ਹੈ, ਉਹਦੇ ਵਿੱਚ ਮੇਰੀ ਜਾਣਕਾਰੀ 'ਚ ਬਹੁਤ ਵਾਧਾ ਹੋਇਆ। ਦਾਊਂ ਸਾਹਿਬ ਦਾ ਮੈਂ ਧੰਨਵਾਦ ਕਰਦਾ ਹਾਂ, ਸਰਦਾਰ ਤਰਲੋਚਨ ਸਿੰਘ ਜੀ ਦਾ ਧੰਨਵਾਦ ਕਰਦਾ ਹਾਂ ਕਿ ਜਿਹੜਾ ਮੇਰਾ ਇਹ ਪ੍ਰੋਜੈਕਟ ਹੈ, ਮੇਰਾ ਕੰਮ ਸੁਖਾਲਾ ਹੋ ਗਿਆ, ਕਾਫੀ ਜਾਣਕਾਰੀ ਮੇਰੀ ਵਧੀ ਉਹਨਾਂ ਨੂੰ ਪੜ੍ਹ ਕੇ ਜੀ। ਅਤੇ ਬਾਕੀ ਲਟਰੇਰੀ ਬੰਦਾ ਹੈ ਜੀ, ਜਿੱਥੇ ਵੀ ਮੈਂ ਲਟਰੇਰੀ ਮੈਨ ਹੈ ਜੀ, ਜਿੱਥੋਂ ਵੀ ਜਾਣਕਾਰੀ ਮਿਲਦੀ, ਚਾਹੇ ਅਖਬਾਰ 'ਚ ਇਹਨਾਂ ਬਾਰੇ ਲੇਖ ਛਪਦਾ, ਚਾਹੇ ਕਿਸੇ ਰਸਾਲੇ 'ਚ ਕੋਈ ਕਿਤਾਬ ਛਪਦੀ, ਮੈਂ ਉਹ ਪੜ੍ਹਦਾ ਹਾਂ ਅਤੇ ਉਹਦੇ ਵਿੱਚ ਆਪਣੀ ਜਾਣਕਾਰੀ 'ਚ ਮੈਂ ਵਾਧਾ ਕਰਦਾ ਰਹਿੰਦਾ ਜੀ। ਹਾਂਜੀ। ਅੱਛਾ ਜੀ, ਤੁਸੀਂ ਜਿਹੜੇ ਹੁਣ ਆਪਣੇ ਪੇਜ ਦੇ ਉੱਤੇ ਵੀ ਲੇਖ ਪਾ ਰਹੇ ਹੋਗੇ, ਇਹ ਜਿਹੜਾ ਤੁਹਾਨੂੰ ਸਵਾਲ ਆਉਂਦੇ, ਫੋਨ ਆਉਂਦੇ ਲੋਕਾਂ ਦੇ ਜਾਂ ਕੋਈ ਟਿੱਪਣੀਆਂ ਆਉਂਦੀਆਂ ਨੇ, ਵੀ ਉਹ ਸਿਰਫ ਪੁਰਾਣੇ ਬਜ਼ੁਰਗਾਂ ਦੇ ਹੀ ਆਉਂਦੇ ਨੇ ਜਾਂ ਨੌਜਵਾਨ ਵੀ ਉਹਦੇ ਤੋਂ ਕਰਦੇ ਨੇ, ਵੀ ਨੌਜਵਾਨ ਪੀੜ੍ਹੀ ਦਾ ਕੀ ਹੰਕਾਰ ਹੈਗਾ, ਵੀ ਉਹ ਕਿਵੇਂ ਦੇਖਦੇ ਆ ਇਸ ਸਭ ਨੂੰ, ਜਾਂ ਉਹਨਾਂ ਦਾ ਕੀ ਵਿਚਾਰ ਹੁੰਦਾ? ਨਹੀਂ ਜੀ, ਬਜ਼ੁਰਗਾਂ ਨੂੰ ਤਾਂ ਖੈਰ ਵਿਚਾਰਿਆਂ ਨੂੰ ਇਹ ਫੇਸਬੁੱਕ ਵਗੈਰਾ ਇਹ ਚਲਾਉਣੀ ਆਉਂਦੀ ਨਹੀਂ, ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਵੀ ਪੋਸਟ ਪਈ ਕਿ ਨਹੀਂ। ਨੌਜਵਾਨ ਹੀ ਕਰਦੇ ਨੇ, ਨੌਜਵਾਨਾਂ ਦਾ ਸ਼ਾਇਦ ਜੀ ਉਹ ਲਿਖਦੇ ਅੱਗੇ ਸਾਡਾ ਪਿੰਡ ਸੀ, ਇਹ ਸਾਡੀ ਉਹ ਸੀ, ਅਤੇ ਅੱਗੇ ਉਹ ਸ਼ੇਅਰ ਕਰਦੇ ਨੇ ਪੋਸਟਾਂ, ਫਿਰ ਉਹ ਅੱਗੇ ਦੱਸਦੇ ਨੇ ਆਪਣੇ ਘਰੇ ਜਾ ਕੇ ਗੱਲਾਂ ਕਰਨ, ਬਜ਼ੁਰਗਾਂ ਨੂੰ ਦੱਸਦੇ ਨੇ, ਸੁਣਾਉਂਦੇ ਨੇ ਪੋਸਟਾਂ। ਹੁਣ ਤਾਂ ਵੀਡੀਓ ਬਣ ਰਹੀ ਜੀ ਸਾਡੀ, ਇਹ ਜਿਹੜੀ ਮੇਰੀਆਂ ਪੋਸਟਾਂ ਸੀ, ਕਈ ਸਾਡੇ ਮੱਕੜ ਸਾਹਿਬ ਨੇ ਜੀ, ਸਿਮਰਜੋਤ ਸਿੰਘ ਮੱਕੜ, ਉਹਨਾਂ ਵੀਡੀਓ ਬਣਾ ਕੇ ਪਾਈਆਂ, ਲੋਕ ਦਿਖਾ ਰਹੇ ਨੇ ਬਜ਼ੁਰਗਾਂ ਨੂੰ ਜਾ ਕੇ, ਦੇਖੋ ਵੀਡੀਓ ਆਪਣੇ ਪਿੰਡ ਦੀ ਵੀਡੀਓ ਬਣੀ ਹੈ, ਅਤੇ ਫਿਰ ਉਹ ਬਜ਼ੁਰਗਾਂ ਦੇ ਨਾਲ ਗੱਲ ਕਰਵਾਉਂਦੇ ਨੇ ਮੇਰੀ ਕਈ, ਜਾਂ ਮੈਂ ਜਦੋਂ ਮੈਨੂੰ ਫੋਨ ਉਹਨਾਂ ਦਾ ਆਉਂਦਾ, ਮੈਂ ਕਹਿੰਦਾ ਜੀ ਆਪਣੇ ਬਜ਼ੁਰਗ ਨਾਲ ਕਿਸੇ ਨਾਲ ਮੇਰੀ ਗੱਲ ਕਰਾਓ, ਕਿਉਂਕਿ ਮੇਰਾ ਮੰਤਵ ਇਹੀ ਹੁੰਦਾ ਮੈਂ ਹੋਰ ਜਾਣਕਾਰੀ ਵਾਧਾ ਕਰਾਂ। ਮੈਨੂੰ ਵੀ ਖੁਸ਼ੀ ਹੁੰਦੀ ਜਦੋਂ ਫੋਨ ਕਰਦੇ ਨੇ, ਦੱਸਦੇ ਨੇ ਜੀ ਹੁਣ ਇੱਥੇ ਆ, ਮੈਂ ਭੰਗੀ ਮਾਜਰੀ ਦੀ ਪੋਸਟ ਪਾਈ ਸੀ ਜੀ, ਤੰਗੌਰੀ ਪਿੰਡ ਤੋਂ ਫੋਨ ਆਏ ਮੈਨੂੰ ਦੋ ਤਿੰਨ ਬੰਦਿਆਂ ਦੇ ਜੀ, ਉਹਨਾਂ ਨੇ ਦੱਸਿਆ ਜੀ ਸਾਡੀ ਸਾਡਾ ਪਿੰਡ ਸੀ ਇਹ, ਉਹ ਮੈਂ ਉਹਨਾਂ ਦੇ ਨੰਬਰ ਸੇਵ ਕੀਤੇ, ਗੱਲ ਕੀਤੀ। ਇੱਕ ਤੁਸੀਂ ਪੜ੍ਹਿਆ ਹੋਣਾ ਭੰਗੀ ਮਾਜਰੀ ਦੀ ਮੈਂ ਪੋਸਟ ਪਾਈ ਸੀ, ਝੀਲ ਦੇ ਉੱਤੇ ਜੋ ਬੋਰਡ ਲੱਗਿਆ ਹੋਇਆ ਪਿੱਪਲ ਹੈਗਾ ਵੀ ਉਹ ਲਾਇਆ ਸੀ ਉੱਥੇ, ਜੋ ਬੰਦਾ ਸੀ ਫੌਜ ਗਿਆਨ ਸਿੰਘ ਫੌਜੀ ਸੀ, ਉਹ ਹੁਣ ਗਿਆਨ ਸਿੰਘ ਦੇ ਪਰਿਵਾਰ ਵਾਲਿਆਂ ਨੇ ਵੀ ਮੇਰੇ ਨਾਲ ਸੰਪਰਕ ਕਰ ਲਿਆ, ਉਹ ਕਹਿੰਦੇ ਜੀ ਸਾਡਾ ਹੁੰਦਾ ਸੀ ਜੀ, ਅਸੀਂ ਉਹਦੇ ਭਰਾ ਰੁਲਦਾ ਸਿੰਘ ਦੀ ਔਲਾਦ ਹੈ ਅੱਗੇ, ਉਹਨਾਂ ਨੇ ਮੇਰੇ ਨਾਲ ਗੱਲ ਕੀਤੀ, ਸੁੰਡਰਾ ਪਿੰਡ ਬੈਠੇ ਨੇ ਉਹ, ਅਤੇ ਇਸ ਤਰ੍ਹਾਂ ਚੱਲ ਰਿਹਾ ਸਫ਼ਰ, ਚੱਲ ਰਿਹਾ ਜੀ ਹਾਲ ਤਾਂ। ਠੀਕ ਹੈ। ਅੱਛਾ ਜੀ, ਜਿਵੇਂ ਹੁਣ ਅਖੀਰਲੇ ਸਵਾਲਾਂ ਵੱਲ ਆਉਂਦੇ ਹੋਏ, ਜਿਵੇਂ ਹੁਣ ਆਪਾਂ ਨੌਜਵਾਨ ਪੀੜ੍ਹੀ, ਤੁਸੀਂ ਕਿਹਾ ਵੀ ਉਤਸ਼ਾਹ ਹੈ, ਸੋ ਜਿਹੜੀ ਹੁਣ ਨੌਜਵਾਨ ਪੀੜ੍ਹੀ ਇੱਥੇ ਹਰ ਸਾਲ ਜੀ ਦੇਖੋ ਕਾਲਜ ਯੂਨੀਵਰਸਿਟੀਆਂ ਪੜ੍ਹਨ ਆਉਂਦੀ ਹੈ ਜਾਂ ਹੋਰ ਹੈ, ਕੋਈ ਵੀ ਬੰਦਾ ਜੋ ਚੰਡੀਗੜ੍ਹ ਘੁੰਮਣ ਆਉਂਦਾ, ਵੀ ਜੇ ਉਹਨੇ ਇਹ ਥਾਵਾਂ ਵੇਖਣੀਆਂ ਹੋਣ, ਉਹਨਾਂ ਦੀਆਂ ਕੀ ਨਿਸ਼ਾਨੀਆਂ ਬਚੀਆਂ ਹੋਈਆਂ ਵੀ ਉਹ ਜਾ ਕੇ ਦੇਖ ਸਕਣ, ਵੀ ਉਹ ਕਿਸ ਕਿਸਮ ਦੀਆਂ ਨਿਸ਼ਾਨੀਆਂ ਨੇ, ਇੱਕ ਤਾਂ ਇਹ ਵੀ ਜ਼ਰੂਰ ਜਾਣਕਾਰੀ ਸਾਨੂੰ ਦਿਓ, ਅਤੇ ਦੂਜਾ ਜਿਵੇਂ ਹੁਣ ਆਪਾਂ ਗੱਲ ਤੁਸੀਂ ਪਹਿਲਾਂ ਦੱਸਤੀ ਵੀ ਕੀ ਬਣਿਆ ਹੋਇਆ ਉੱਥੇ, ਵੀ ਜਿਹੜੀਆਂ ਚੰਡੀਗੜ੍ਹ ਦੀਆਂ ਕੁਛ ਮਸ਼ਹੂਰ ਥਾਵਾਂ ਨੇ, 17 ਹੋਇਆ, ਯੂਨੀਵਰਸਿਟੀ ਹੋ ਗਈ, ਪੰਜਾਬ ਯੂਨੀਵਰਸਿਟੀ ਹੋ ਗਈ, ਇਹ ਮਸ਼ਹੂਰ ਥਾਵਾਂ ਦੇ ਪਹਿਲਾਂ ਕੀ ਹੁੰਦਾ ਸੀਗਾ, ਇਹ ਤੁਸੀਂ ਪਿੰਡ ਉਹ ਪਿੰਡ ਦਾ ਕੁਛ ਨਾਮ ਸਾਂਝਾ ਕਰੋ ਜੀ, ਔਰ ਬਾਕੀ ਜਿਹੜੇ ਦੋਸਤ ਦੇਖਣਾ ਚਾਹੁੰਦੇ ਨੇ ਕੋਈ ਪੁਰਾਣੀਆਂ ਨਿਸ਼ਾਨੀਆਂ, ਉਹ ਕਿੱਥੇ ਉਹ ਵੇਖ ਸਕਦੇ ਆ, ਇਹਦੇ ਬਾਰੇ ਵੀ ਜ਼ਰੂਰ ਦੱਸੋ ਜੀ। ਹਾਂਜੀ, ਜਿਹੜੀ ਮੈਂ ਪੋਸਟਾਂ ਪਾ ਰਿਹਾ ਜੀ, ਉਹਦੇ ਵਿੱਚ ਮੈਂ ਬਕਾਇਦਾ ਮੈਂ ਫੋਟੋ ਖਿੱਚ ਕੇ ਲਾਉਂਦਾ ਹੁੰਦਾ ਨਾਲ ਪਿੰਡ ਦੀ ਨਿਸ਼ਾਨੀਆਂ ਦੀ, ਨਿਸ਼ਾਨੀਆਂ ਪਿੰਡ ਦੀਆਂ ਹੈ ਨਹੀਂ, ਇੱਕ ਤਾਂ ਜਿੱਥੋਂ ਪਿੰਡ ਜਿਹੜਾ ਜੀ ਇੱਕ ਕੁਦਰਤੀ ਪਰਮਾਤਮਾ ਦੀ ਕੋਈ ਰਹਿਮਤ ਹੈਗੀ ਵੀ ਉਸ ਪਿੰਡ ਦੇ ਵਿੱਚ ਪਿੱਪਲ ਜ਼ਰੂਰ ਖੜ੍ਹੇ ਨੇ, ਪਿੱਪਲ ਬਰੋਟੇ ਉਹ ਪਿੰਡ ਦੇ ਵਿੱਚ ਜਿੱਥੇ ਉਹ ਪਿੰਡ ਉਜੜਿਆ ਪਿੱਪਲ ਬਰੋਟੇ ਖੜ੍ਹੇ ਨੇ, ਅੰਬ ਵੀ ਖੜ੍ਹੇ ਨੇ, ਨਿੰਬਾਂ ਵੀ ਖੜ੍ਹੀਆਂ ਨੇ। ਹੁਣ ਇਹ ਜੋ ਨਗਲਾ ਪਿੰਡ ਹੈ 19 ਸੈਕਟਰ, ਇੱਥੇ ਪਿੱਪਲ ਖੜ੍ਹੇ ਨੇ ਬਹੁਤ ਵੱਡੇ ਵੱਡੇ, ਮੱਧਿਆ ਮਾਰਗ 'ਤੇ ਇੱਕ ਮੰਦਰ ਹੈ ਉਹਦੇ ਨਾਲ, ਨਗਲੇ ਦਾ ਇੱਕ ਯੋਗਾ ਸੈਂਟਰ ਦੇ ਮੂਹਰੇ ਖੜ੍ਹਾ ਬਹੁਤ ਵੱਡਾ ਪਿੱਪਲ, ਉੱਥੇ ਬੋਰਡ ਵੀ ਲੱਗਿਆ ਹੋਇਆ, ਵਿਰਾਸਤ ਅੱਜ ਕੱਲ੍ਹ ਫੋਰੈਸਟ ਡਿਪਾਰਟਮੈਂਟ ਆ ਜੋ UT ਦਾ, ਇਹਨਾਂ ਪੁਰਾਣੇ ਜੋ ਪਿੰਡਾਂ ਦੇ ਪਿੱਪਲ ਨੇ ਵੱਡੇ 250-250 ਸਾਲ ਪੁਰਾਣੇ, 200-200 ਸਾਲ ਪੁਰਾਣੇ, ਇਹਨਾਂ ਨੂੰ ਵਿਰਾਸਤੀ ਦਰਜਾ ਦੇ ਦਿੱਤਾ ਅਤੇ ਥੱਲੇ ਤਖਤੀਆਂ ਲਾਤੀਆਂ ਇੰਗਲਿਸ਼, ਹਿੰਦੀ ਅਤੇ ਪੰਜਾਬੀ ਵਿੱਚ ਲਿਖ ਕੇ ਕਿ ਇਹ ਵਿਰਾਸਤੀ ਪਿੱਪਲ ਹੈ, ਪਿੰਡ ਦਾ ਨਾਂ ਵੀ ਕਈ ਥਾਂ 'ਤੇ ਲਿਖਿਆ ਇਹਨਾਂ ਦੇ ਨਾਲ, ਇਹ ਬੜਾ ਵਧੀਆ ਕੰਮ ਕੀਤਾ ਜੀ। ਸੋ ਅੱਗੇ ਗਵਰਨਰ ਹਾਊਸ ਦੇ ਵਿੱਚ ਫਰੰਟ 'ਤੇ ਇੱਕ ਪਿੱਪਲ ਖੜ੍ਹਾ ਬਹੁਤ ਵੱਡਾ ਭੰਗੀ ਮਾਜਰੇ ਦਾ, ਝੀਲ ਦੇ ਉੱਤੇ ਪਿੱਪਲ ਖੜ੍ਹਾ ਹੈਗਾ ਭੰਗੀ ਮਾਜਰੇ ਦਾ, ਕਾਲੀਬੜ ਪਿੰਡ 8 ਸੈਕਟਰ ਹੁੰਦਾ ਸੀ ਜੀ, ਉੱਥੇ ਗੁਰਦੁਆਰਾ ਬਣਿਆ ਹੋਇਆ, ਉਹਦੇ ਸਾਹਮਣੇ ਇੱਕ ਪਿੱਪਲ ਖੜ੍ਹਾ ਹੈਗਾ ਖੇੜੇ ਦਾ ਹੁੰਦਾ ਸੀ ਉਹ, 9 ਸੈਕਟਰ 'ਚ ਜੋ ਕਾਰਮਲ ਸਕੂਲ ਦੇ ਅੱਗੇ ਬਹੁਤ ਵੱਡੇ ਵੱਡੇ, ਮੇਰੇ ਖਿਆਲ 250-250-300 ਸਾਲ ਪੁਰਾਣੇ ਪਿੱਪਲ ਖੜ੍ਹੇ, ਬਰੋਟੇ 'ਤੇ ਪਿੱਪਲ ਖੜ੍ਹੇ ਨੇ,
ਉਹ ਟੋਬੇ ਹੁੰਦਾ, ਉੱਥੇ ਟੋਬਾ ਹੁੰਦਾ ਸੀ ਜੀ ਕਾਲੀਪੜ ਪਿੰਡ ਦਾ, ਉਹ ਦੇਖਣੇ ਯੋਗ ਜ਼ਰੂਰ ਦੇਖਿਓ ਜੇ ਤੁਸੀਂ ਉੱਧਰ ਗੇੜਾ ਲੱਗਿਆ। 9 ਸੈਕਟਰ ਕਾਰਮਲ ਸਕੂਲ ਦੇ ਬਿਲਕੁਲ ਸਾਹਮਣੇ 154 ਨੰਬਰ ਕੋਠੀ ਹੈ ਇੱਕ, ਉਹਦੇ ਕੋਰਨਰ 'ਤੇ ਇੱਕ ਬਹੁਤ ਵੱਡਾ ਪਿੱਪਲ ਖੜ੍ਹਾ, ਉੱਥੇ ਵੀ ਬੋਰਡ ਲੱਗਿਆ ਹੋਇਆ ਵਿਰਾਸਤੀ ਪਿੱਪਲ ਦਾ। ਅਤੇ ਕੈਲੜ ਪਿੰਡ ਹੁੰਦਾ ਸੀ ਜੀ, ਕੈਲੜ ਪਿੰਡ ਦੇ ਅੱਗੇ ਉੱਥੇ ਬੋਰਡ ਵੀ ਖੜ੍ਹੇ ਨੇ, ਇੱਕ ਮਾਤਾ ਦਾ ਉੱਥੇ ਮੰਦਰ ਹੈ ਬਸੰਤੀ ਮਾਤਾ ਦਾ, ਉਹਦੇ ਅੰਦਰ ਬਹੁਤ ਵੱਡਾ ਬੋਰਡ ਹੈ ਜੀ ਵਿਸ਼ਾਲ ਦੇਖਣੇ ਯੋਗਾ। ਸਜਾਦਪੁਰੇ ਦੀ ਜੋ ਇਹ ਮਾੜੀ ਹੈ ਹੁਣ ਵੀ ਪੀ ਜੀ ਦੇ ਚੌਂਕ ਦੇ ਨਾਲ ਉੱਥੇ ਜਿੱਥੇ ਲੰਗਰ ਲੱਗਦਾ ਜੀ, ਉਹ ਮਾੜੀ ਸਜਾਦਪੁਰੇ ਦੀ ਹੈ। ਅਤੇ ਕਾਫੀ ਹੋਰ ਵੀ ਹੈ ਇੱਥੇ ਨਿਸ਼ਾਨੀਆਂ, ਮੈਨੂੰ ਹੁਣ ਯਾਦ ਨਹੀਂ ਆ ਰਹੀਆਂ। ਇੱਧਰ ਆਹ ਨਾਲ ਗੁਰਦਾਸਪੁਰਾ ਹੁੰਦਾ ਸੀ, ਇਸ ਦਾ ਖੇੜਾ ਹੈ ਹੁਣ ਵੀ ਹੈ, ਖੇੜਾ ਮੰਦਰ ਬਣਿਆ ਹੋਇਆ ਹੈ। ਅਤੇ ਗੁਰਦੁਆਰੇ ਨੇ ਖੇੜੀ ਦਾ ਗੁਰਦੁਆਰਾ, ਇਹ 20 ਸੈਕਟਰ ਚੌਂਕ ਦੇ ਨਾਲ ਹੈ ਟ੍ਰਿਬਿਊਨ ਵਾਲੇ ਪਾਸੇ ਰੋਡ 'ਤੇ। 34 ਸੈਕਟਰ ਦਾ ਗੁਰਦੁਆਰਾ ਹੈਗਾ ਫਤਿਹਗੜ੍ਹ ਮਾਦੜਿਆਂ ਦਾ। ਸ਼ਾਹਪੁਰ ਦਾ ਗੁਰਦੁਆਰਾ 38 ਸੈਕਟਰ 'ਚ ਹੈ ਜੀ, 38 ਬੀ 'ਚ। ਅਤੇ ਇੱਕ ਗੁਰਦੁਆਰਾ ਸੀ ਕੈਲੜ ਦਾ 15 ਸੈਕਟਰ ਦੇ ਵਿੱਚ ਆ ਗਿਆ, ਪਰ ਉਹ ਪਤਾ ਨਹੀਂ ਕਿਉਂ ਉਹਨਾਂ ਨੇ ਨਾਂ ਨਹੀਂ ਲਿਖਿਆ, ਨਾਂ ਹਟਾ ਦਿੱਤਾ ਕੈਲੜ ਪਿੰਡ ਦਾ ਗੁਰਦੁਆਰੇ ਵਾਲਿਆਂ ਨੇ, ਲਿਖਣਾ ਚਾਹੀਦਾ। ਕਾਲੀਪੜ ਵਾਲਿਆਂ ਨੇ 8 ਸੈਕਟਰ ਗੁਰਦੁਆਰਾ ਸੀ ਜੋ ਧਰਮਸ਼ਾਲਾ ਦੇ ਉੱਤੇ ਬਣਾਇਆ ਸੀ ਕਿਸੇ ਟਾਈਮ, ਉਸ ਪਿੰਡ ਦੇ ਸਰਦਾਰ ਲਹਿਣਾ ਸਿੰਘ ਜੀ ਨੇ, ਉਹ 8 ਸੈਕਟਰ 'ਚ ਗੁਰਦੁਆਰਾ ਹੈਗਾ, ਪਰ ਉਹਨਾਂ ਨੇ ਵੀ ਕਾਲੀਪੜ ਦਾ ਨਾਂ ਹਟਾ ਦਿੱਤਾ, ਲਿਖਣਾ ਚਾਹੀਦਾ, ਗਲਤ ਗੱਲ ਹੈ, ਨਾਂ ਪਿੰਡ ਦਾ ਨਹੀਂ ਹਟਾਉਣਾ ਚਾਹੀਦਾ ਜੀ। ਸੋ ਇਸ ਤਰ੍ਹਾਂ ਦੇ ਨਿਸ਼ਾਨੀਆਂ ਬਹੁਤ ਨੇ ਜੀ, ਬਾਕੀ ਮੈਂ ਸਮਾਂ ਬਹੁਤ ਹੋ ਜਾਣਾ ਜੀ, ਮੈਂ ਸਾਰੀਆਂ ਗਿਣਨ ਲੱਗ ਗਿਆ। ਕਿਤਾਬ ਦੇ ਵਿੱਚ ਮੈਂ ਸਾਰਾ ਕੁਛ ਦੱਸਾਂਗਾ ਜੀ, ਨਿਸ਼ਾਨੀਆਂ ਵੀ ਦੱਸਾਂਗਾ, ਫੋਟੋ ਵੀ ਦੇਵਾਂਗਾ, ਜੋ ਇੱਥੇ ਆਉਂਦੇ ਨੇ ਉਹਨਾਂ ਨੂੰ ਜ਼ਰੂਰ ਦੇਖਣੀਆਂ ਚਾਹੀਦੀਆਂ ਹੈਗੀਆਂ। ਮੈਨੂੰ ਤਾਂ ਲੱਗਦਾ ਵੀ ਜੋ ਮੇਰੀਆਂ ਪੋਸਟਾਂ ਮੈਂ ਪਾ ਰਿਹਾ ਪੜ੍ਹ ਕੇ, ਜੋ ਯੂਥ ਨੇ ਜੈਨਰੇਸ਼ਨ ਨੇ ਨਵੀਂ ਜੈਨਰੇਸ਼ਨ ਜ਼ਰੂਰ ਦੇਖਦੀ ਹੋਣੀ ਜਾ ਕੇ ਉੱਥੇ ਆਪਣੀਆਂ ਨਿਸ਼ਾਨੀਆਂ ਇਹ। ਬਿਲਕੁਲ ਜੀ, ਇਹਨਾਂ ਅੱਛਾ, ਜਿਵੇਂ ਹੁਣ ਆਪਾਂ ਗੱਲ ਕਰੀਏ ਵੀ ਜੇ ਜਾਂਦੇ ਜਾਂਦੇ ਜੋ ਵੀ ਪਾਠਕ ਜਿਨ੍ਹਾਂ ਦੀ ਦਿਲਚਸਪੀ ਬਣ ਗਈ ਇਸ ਵਿਸ਼ੇ ਦੇ ਵਿੱਚ ਜਾਂ ਉਹ ਹੋਰ ਜਾਣਨਾ ਚਾਹੁੰਦੇ ਆ, ਵੀ ਤੁਹਾਡੇ ਨਾਲ ਕਿਸ ਤਰ੍ਹਾਂ ਰਾਬਤਾ ਕਰ ਸਕਦੇ ਆ, ਕੋਈ ਫੇਸਬੁੱਕ ਦਾ ਆਪਦਾ ਕੋਈ ਪੇਜ ਜਾਂ ਕੋਈ ਲਿੰਕ ਵੀ ਉਹਨਾਂ ਨੂੰ ਜ਼ਰੂਰ ਤੁਸੀਂ ਸਾਂਝਾ ਕਰ ਸਕਦੇ ਹੋ ਜਿਹਦੇ ਤਾਈਂ ਤੁਹਾਡੇ ਤਾਈਂ ਰਾਬਤਾ ਕਰ ਸਕਣ ਉਹ? ਹਾਂਜੀ, ਮੈਂ ਚੰਡੀਗੜ੍ਹ 'ਚ ਰਹਿੰਦਾ ਜੀ, ਇੱਥੇ ਲੋਕਲੇ ਮੈਂ ਹੁੰਦਾ ਜੀ, ਫੋਨ 'ਤੇ ਮੈਂ ਹਰ ਟਾਈਮ ਹਾਜ਼ਰ ਹਾਂ ਜੀ, ਜਦੋਂ ਮਰਜ਼ੀ ਮੇਰੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ, ਫੇਸਬੁੱਕ 'ਤੇ ਮੈਨੂੰ ਮੈਸੇਜ ਭੇਜ ਸਕਦੇ ਹੋ ਮੈਸੈਂਜਰ ਰਾਹੀਂ ਫੇਸਬੁੱਕ 'ਤੇ, ਬਾਕੀ ਮੇਰਾ ਨੰਬਰ ਵੀ ਫੇਸਬੁੱਕ 'ਤੇ ਮੈਨਸ਼ਨ ਹੈ, ਨੰਬਰ ਵਟਸਐਪ 'ਤੇ ਮੇਰੇ ਨਾਲ ਤੁਸੀਂ ਗੱਲ ਕਰ ਸਕਦੇ ਹੋ, ਜਦੋਂ ਜੋ ਮੈਨੂੰ ਪੁੱਛਣਾ ਪੁੱਛ ਸਕਦੇ ਹੋ, ਜੋ ਮੇਰੀ ਜਾਣਕਾਰੀ 'ਚ ਵਾਧਾ ਕਰਨਾ ਉਹ ਵੀ ਕਰ ਸਕਦੇ ਹੋ, ਮੇਰੇ ਤੋਂ ਕੁਛ ਜੋ ਮੇਰਾ ਸਹਿਯੋਗ ਕਰਨਾ ਤੁਸੀਂ ਪ੍ਰੋਜੈਕਟ ਦੇ ਵਿੱਚ, ਕਿਤਾਬ ਛਪਣੀ ਹੈ ਇਹਦੇ ਵਿੱਚ ਮੈਨੂੰ ਸਹਿਯੋਗ ਦੀ ਤਾਂ ਕਾਫੀ ਜ਼ਿਆਦਾ ਲੋੜ ਹੈ ਤੁਹਾਡੇ ਦੀ, ਉਹ ਵੀ ਮੈਨੂੰ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਠੀਕ, ਸੋ ਲੋ ਵੀ ਦੋਸਤੋ, ਇਹ ਸੀਗੇ ਮਲਕੀਤ ਸਿੰਘ ਔਜਲਾ, ਜਿਨ੍ਹਾਂ ਨੇ ਬਹੁਤ ਹੀ ਮੇਰੇ ਖਿਆਲ ਨਾਲ ਨਵੀਂ ਜਾਣਕਾਰੀ ਅਤੇ ਕੀਮਤੀ ਜਾਣਕਾਰੀ ਜਿਹੜੀ ਹੈ ਚੰਡੀਗੜ੍ਹ ਦੇ ਇਤਿਹਾਸ ਬਾਰੇ ਆਪਣੇ ਸਾਰਿਆਂ ਨਾਲ ਸਾਂਝੀ ਕੀਤੀ ਹੈ। ਅਤੇ ਦੋਸਤੋ, ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਦੇ ਬਾਰੇ ਹੋਰ ਇਹੋ ਜਿਹੀਆਂ ਬਹੁਤ ਸਾਰੀਆਂ ਗੱਲਾਂ ਨੇ, ਹੋਰ ਇਹੋ ਜਿਹੇ ਬਹੁਤ ਸਾਰੇ ਕਿੱਸੇ ਨੇ ਜਿਹਦੇ ਬਾਰੇ ਆਪਾਂ ਸ਼ਾਇਦ ਨਹੀਂ ਜਾਣਦੇ, ਬਹੁਤ ਸਾਰੇ ਪਾਠਕ ਜਿਹੜੇ ਹੈ ਉਹ ਨਹੀਂ ਜਾਣਦੇ। ਮਿਸਾਲ ਦੇ ਤੌਰ 'ਤੇ ਜਦੋਂ ਹੁਣ ਚੰਡੀਗੜ੍ਹ ਦੀ ਗੱਲ ਹੁੰਦੀ ਹੈ, ਹਮੇਸ਼ਾ ਇੱਕ ਲਿਸ਼ਕ ਦੇ ਪੁੱਛਦੇ ਸ਼ਹਿਰ ਦੀ ਗੱਲ ਹੁੰਦੀ ਹੈ, ਇੱਕ ਸੋਹਣੀਆਂ ਥਾਵਾਂ ਦੀ ਗੱਲ ਹੁੰਦੀ ਹੈ, ਪਰ ਚੰਡੀਗੜ੍ਹ ਦੇ ਬਹੁਤ ਸਾਰੇ ਮੁਹੱਲੇ ਇਹੋ ਜਿਹੇ ਨੇ ਤੁਹਾਨੂੰ ਇਹੋ ਜਿਹੇ ਮਿਲ ਜਾਣਗੇ ਜਿੱਥੇ ਪੰਜਾਬੀ ਵੀ ਰਹਿੰਦੇ ਨੇ ਅਤੇ ਜਿੱਥੇ ਪ੍ਰਵਾਸੀ ਵੀ ਰਹਿੰਦੇ ਨੇ, ਮਿਹਨਤ ਮਜ਼ਦੂਰੀ ਕਰਕੇ ਚੰਡੀਗੜ੍ਹ ਸ਼ਹਿਰ ਨੂੰ ਚਲਾਉਂਦੇ ਆ। ਬਹੁਤ ਸਾਰੇ ਇਹੋ ਜਿਹੇ ਮੁਹੱਲੇ ਆ ਜਿੱਥੇ ਅੱਜ ਵੀ ਪੀਣ ਵਾਲੇ ਪਾਣੀ ਵਾਸਤੇ ਲੈਣਾ ਲੱਗਦੀਆਂ ਨੇ। ਸੋ ਇਹੋ ਜਿਹੀਆਂ ਜਿਹੜੀਆਂ ਬਹੁਤ ਸਾਰੀਆਂ ਜਾਣਕਾਰੀਆਂ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤੁਹਾਡੇ ਨਾਲ ਲਲਕਾਰ ਦੇ ਫੇਸਬੁੱਕ ਸਫੇ ਤੋਂ ਸਾਂਝਾ ਕਰਦੇ ਰਹਾਂਗੇ। ਅਤੇ ਜੇ ਸਾਡਾ ਇੱਕ ਛੋਟੀ ਜਿਹੀ ਕੋਸ਼ਿਸ਼ ਸੀਗੀ ਕਿ ਇਹ ਇੱਕ ਸ਼ੁਰੂਆਤ ਦੇ ਤੌਰ 'ਤੇ ਤੁਹਾਡੇ ਤੱਕ ਇਹ ਜਾਣਕਾਰੀਆਂ ਲੈ ਕੇ ਆਈਏ, ਜੇ ਤੁਹਾਨੂੰ ਸਾਡੀ ਇਹ ਕੋਸ਼ਿਸ਼ ਪਸੰਦ ਆਈ ਹੋਵੇ ਤਾਂ ਫੇਸਬੁੱਕ ਜਿਹੜਾ ਪੇਜ ਹੈ ਲਲਕਾਰ ਦਾ ਉਹ ਪਸੰਦ ਕਰਨਾ, ਟਿੱਪਣੀ ਕਰਕੇ ਆਪਦੀ ਰਾਏ ਦੇਣਾ ਅਤੇ ਸਾਂਝਾ ਕਰਨਾ ਨਾ ਭੁੱਲਿਓ, ਜ਼ਰੂਰ ਆਪਦੀ ਰਾਏ ਇਹਦੇ ਸਾਹਮਣੇ ਰੱਖਿਓ। ਔਰ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਉਹਨਾਂ ਲੋਕਾਂ ਦੇ ਬਾਰੇ ਜਾਣਕਾਰੀਆਂ ਜਿਹੜੇ ਇਸ ਸ਼ਹਿਰ ਨੂੰ ਚਲਾ ਰਹੇ ਨੇ, ਉਹਨਾਂ ਦੇ ਬਾਰੇ ਅਸੀਂ ਜਿਹੜੀ ਹੈ ਤੁਹਾਡੇ ਦੇ ਨਾਲ ਜਾਣਕਾਰੀ ਲੈ ਕੇ ਆਵਾਂਗੇ, ਸਾਂਝਾ ਕਰਾਂਗੇ। ਅਤੇ ਉਦੋਂ ਤੱਕ ਦੇ ਸਮੇਂ ਲਈ ਜਿਹੜਾ ਹੈਗਾ ਆ ਸਾਨੂੰ ਇਜਾਜ਼ਤ ਦਿਓ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਅਸੀਂ ਮੁਲਾਕਾਤ ਕਰਾਂਗੇ। ਸਤਿ ਸ਼੍ਰੀ ਅਕਾਲ।